ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੀ 5 ਪੰਥ ਖਾਲਸਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਚਰਨਜੀਤ ਸਿੰਘ ਤੇ ਮੇਰੇ ਨਾਲ ਮੌਜੂਦ ਨੇ ਸਿੱਖ ਪੰਥ ਦਾ ਦਿਮਾਗ ਸਰਦਾਰ ਰਵਿੰਦਰਪਾਲ ਜੀ ਸੰਤਾਪ ਆਪਣੇ ਪਿੰਡੇ ਤੇ ਚੱਲਿਆ ਹੋਇਆ ਸੁਣੀ ਸੁਣਾਈ ਗੱਲ ਨਹੀਂ ਸੰਤਾਪ ਚੱਲਿਆ ਤੇ ਉਸ ਤਜਰਬੇ ਨੂੰ ਸਾਡੇ ਨਾਲ ਗਾਹੇ ਬਗਾਹੇ ਸਾਂਝਾ ਵੀ ਕਰੰਤੇ ਰਹਿੰਦੇ ਨੇ ਅੱਜ ਇਹਨਾਂ ਦੇ ਨਾਲ ਇੱਕ ਬੜੇ ਹੀ ਸੰਵੇਦਨਸ਼ੀਲ ਮੁੱਦੇ ਤੇ ਗੱਲਬਾਤ ਕਰਾਂਗੇ ਸਰਦਾਰ ਸਾਹਿਬ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਰਦਾਰ ਚਰਨਜੀਤ ਸਿੰਘ ਜੀ ਤੇ ਸੀ 5 ਪੰਥ ਖਾਲਸਾ ਚੈਨਲ ਦੇ ਸਮੂਹ ਸ਼ੋਅ ਟੈਨੂ ਸਰਦਾਰ ਰਤਿੰਦਰਪਾਲ ਸਿੰਘ ਜੀ ਅੱਜ ਅਸੀਂ ਗੱਲ ਕਰਨੀ ਚਾਹੁੰਦੇ ਆਂ ਬੰਦੀ ਸਿੱਖਾਂ ਦੇ ਮਾਮਲੇ ਦੇ ਵਿੱਚ ਜੀ ਵੀਰ ਜੀ 35 35 ਸਾਲ ਹੋ ਗਏ ਜੇਲ੍ਹਾਂ ਦੇ ਵਿੱਚ ਜੀ ਦਿਆਂ ਦੇ ਤੇ ਹਾਲ ਤੱਕ ਚਲਾਨ ਵੀ ਪੇਸ਼ ਨਹੀਂ ਹੋ ਸਕੇ ਬਿਲਕੁਲ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਚੋਣ ਮੁੱਦੇ ਦੇ ਵਿੱਚ ਬੰਦੀ ਸਿੱਖ ਨਹੀਂ ਤੇ ਬਿਲਕੁਲ ਜੀ ਗੱਲਾਂ ਅਸੀਂ ਬੰਦੀ ਸਿੱਖਾਂ ਦੀਆਂ ਕਰਦੇ ਆ ਕਿ ਉਹਨਾਂ ਨੂੰ ਜੇਲ੍ਹ ਤੋਂ ਰਿਹਾਅ ਕੀਤਾ ਜਾਣਾ ਚਾਹੀਦਾ ਹੈ ਬੰਦੀ ਸਿੱਖਾਂ ਨੂੰ ਘਰ ਵਾਪਸੀ ਹੋਣੀ ਚਾਹੀਦੀ ਹੈ ਅਸੀਂ 25 ਲੱਖ ਦੇ ਕਰੀਬ ਪਰਫਾਰਮੇ ਵੀ ਭਰਾਏ ਹੋਏ ਆ ਬਿਲਕੁਲ ਤੁਸੀਂ ਖੁਦ ਉਹ ਜੇਲ੍ਹ ਦਾ ਸੰਤਾਪ ਚ ਲਿਆ ਹੋਇਆ। ਜੀ। ਪਹਿਲਾਂ ਤਾਂ ਸੰਖੇਪ ਦੇ ਵਿੱਚ ਜੇਲ੍ਹ ਜੀਵਨ ਬਾਰੇ ਦੱਸੋ। ਉਸ ਤੋਂ ਬਾਅਦ ਅਸੀਂ ਬੰਦੀ ਸਿੱਖਾਂ ਦੇ ਮਾਮਲੇ ਤੇ ਅਗਲੀ ਗੱਲ ਕਰਦੇ ਹਾਂ। ਪੰਜਾਬ ਵਿੱਚ ਮੇਰੇ ਖਿਆਲ ਵਿੱਚ ਸਰਦਾਰ ਚਰਨਜੀਤ ਸਿੰਘ ਜੀ ਕੋਈ ਅਜਿਹਾ ਖਾਨਦਾਨ ਨਹੀਂ ਹੋਣਾ ਜਿਸ ਦਾ ਕੋਈ ਨਾ ਕੋਈ ਜੀ ਕਦੇ ਜੇਲ੍ਹ ਵਿੱਚ ਨਾ ਰਿਹਾ ਹੋਵੇ। ਬੋਰਕਾਸਟ ਵਜੋਂ ਪੰਥ ਵਾਸਤੇ ਜੇਲ੍ਹ ਨਾਂ ਗਿਆ ਹੋਵੇ ਖਾਸ ਤੌਰ ਤੇ ਵਿਅਕਤੀਗਤ ਤੌਰ ਤੇ ਜੇਲ੍ਹ ਜਾਣਾ ਵੱਖਰੀ ਗੱਲ ਹੁੰਦੀ ਆ ਪੰਥ ਵਾਸਤੇ ਜੇਲ੍ਹ ਨਹੀਂ ਜਾਣਾ ਬਿਲਕੁਲ ਵੱਖਰੀ ਗੱਲ ਹੁੰਦੀ ਆ ਪੰਜਾਬ ਦੀਆਂ ਜੇਲਾਂ ਫੇਰ ਵੀ ਬਾਕੀ ਹੋਰ ਸੂਬਿਆਂ ਦੀਆਂ ਜੇਲਾਂ ਨਾਲੋਂ ਬਹੁਤ ਵੱਖਰੀਆਂ ਤੇ ਬਹੁਤ ਚੰਗੀਆਂ ਨੇ ਜੀ ਕਿਉਂਕਿ ਮੈਂ ਬਾਹਰਲੇ ਸੂਬਿਆਂ ਦੀਆਂ ਵੀ ਜੇਲਾਂ ਦੇਖੀਆਂ ਤੇ ਪੰਜਾਬ ਦੀਆਂ ਵੀ ਦੇਖੀਆਂ ਜੀ ਮੈਂ ਦਿੱਲੀ ਦੀ ਤਿਹਾਲ ਜੇਲ ਵੀ ਦੇਖੀ ਆ ਜੀ ਪਰ ਅਸੀਂ ਜੋ ਮਰਜ਼ੀ ਕਹ ਲਈਏ ਕਿ ਜੇਲ ਚੰਗੀ ਹੈ ਜਾਂ ਜੇਲ ਮਾੜੀ ਹੈ ਜੇਲ ਇੱਕ ਪਿੰਜਰਾ ਉਸ ਪਿੰਜਰੇ ਵਿੱਚ ਸਵੇਰ ਤੋਂ ਸ਼ਾਮ ਤੱਕ ਤੁਹਾਨੂੰ ਡੀਮੋਟੀਵੇਟਾਈਜ਼ ਕੀਤਾ ਜਾਂਦਾ ਸਵੇਰ ਤੋਂ ਸ਼ਾਮ ਤੱਕ ਤੁਹਾਡੀ ਅਤੇ ਤੁਹਾਡੇ ਧਰਮ ਦੀ ਤੁਹਾਡੇ ਕਾਜ ਦੀ ਤੱਕ ਕੀਤੀ ਜਾਂਦੀ ਹੈ ਤਾਂ ਜੋ ਤੁਸੀਂ ਮੈਂਟਲੀ ਤੌਰ ਤੇ ਵਿਚਾਰ ਤਾਰਕ ਤੋੜਦੇ ਤੋੜ ਦਿੱਤੇ ਜਾਓ ਇਹ ਇੱਕ ਜੇਲ ਦਾ ਪੱਖ ਹੁੰਦਾ ਹੈ ਹਰ ਹਰ ਤਾਂ ਤੇ ਹਰ ਸਟੇਪ ਦਾ ਹੀ ਪੱਖ ਹੁੰਦਾ ਕਿ ਜਿਸ ਬੰਦੇ ਨੂੰ ਜੇਲ ਵਿੱਚ ਭੇਜਿਆ ਗਿਆ ਉਹਨੂੰ ਮਾਨਸਿਕ ਤੌਰ ਤੇ ਤੋੜੋ ਉਸ ਦੇ ਏਜੰਡੇ ਤੋਂ ਤੋੜੋ ਉਹਨੂੰ ਇੰਨਾ ਡੀਮੋਟੀਵੇਟਾਈਜ਼ਡ ਕਰ ਦਿਓ ਇੰਨਾ ਟੰਦੀ ਕਾਲਾ ਹੀ ਚਲਾਇਆ ਉਹ ਕਿ ਬਾਹਰ ਆ ਕੇ ਫਿਰ ਉਹ ਨਾ ਤਾਂ ਆਪਣੀ ਕੌਮ ਦੀ ਗੱਲ ਕਰੇ ਨਾ ਹੀ ਆਪਣੀ ਗੱਲ ਕਰੇ ਬੱਸ ਜਿਵੇਂ ਢਿੱਡ ਦੀ ਤੇ ਮੂੰਹ ਦੀ ਲੜਾਈ ਲੜਨੀ ਆ ਲਾਲੇ ਉਹ ਵੀ ਕਿਸ ਕਿਸ ਕੇ ਲੜੇ ਆ ਇੱਕ ਪੈਟਰਨ ਹੁੰਦਾ ਜੇਲ ਦਾ ਤੇ ਸਾਡੇ ਸਿੱਖ ਯੋਧਿਆਂ ਲਈ ਜੇਲਾਂ ਬਹੁਤ ਜ਼ਿਆਦਾ ਹਾਰਮਫੁਲ ਨੇ ਖਾਸ ਤੌਰ ਤੇ ਪੰਜਾਬ ਦੀਆਂ ਜਿੱਥੇ ਪੰਜਾਬ ਦੀਆਂ ਜੇਲਾਂ ਵਿੱਚ ਮੈਂ ਤੁਹਾਨੂੰ ਕਿਹਾ ਕਿ ਸੂਲਤਾਂਵਦ ਨੇ ਪਰ ਉਹ ਵੱ ਸੂਲਤਾਂ ਦੇ ਨਾਲ 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 ਨੁਕਸਾਨਦਾਇਕ ਗੱਲਾਂ ਵੀ ਬਹੁਤ ਜ਼ਿਆਦਾ ਨੇ ਮੈਂ ਉਸ ਪਾਸੇ ਤੁਹਾਡਾ ਧਿਆਨ ਖਿੱਚਣਾ ਚਾਹੁੰਦਾ ਕਿਉਂਕਿ ਜੇਲ੍ਹਾਂ ਤੇ ਕਦੇ ਵੀ ਕਿਸੇ ਨੇ ਕੰਮ ਹੀ ਨਹੀਂ ਕੀਤਾ ਜੀ ਜੀ ਪੰਜਾਬ ਦੀਆਂ ਜੇਲ੍ਹਾਂ ਵਿੱਚ ਜਿਸ ਵੇਲੇ ਅਸੀਂ ਜੇਲ੍ਹੀ ਸੀ ਅੱਜ ਤੱਕ ਤਜਰਬਾ ਮੈਨੂੰ ਨਹੀਂ ਪਤਾ ਜਿਸ ਵੇਲੇ ਅਸੀਂ ਜੇਲ੍ਹੀ ਸੀ ਇੱਕ ਹੀ ਇੰਜੈਕਸ਼ਨ ਨਾਲ 20 25 25 ਕਾਦੀਆਂ ਨੂੰ ਸੂਈ ਲਾ ਦਿੱਤੀ ਜਾਂਦੀ ਸੀ ਤੇ ਉਸ ਦਾ ਨਤੀਜਾ ਸੀ ਕਿ ਕਾਲਾ ਪੀਲੀਆ ਅਤੇ ਅਜਿਹੇ ਜਿਹੜੇ ਰੋਗ ਸੀ ਜਿਹੜੇ ਸੂਈ ਦੇ ਜੀਵਾਣੂ ਨਾਲ ਜਾਂਦੇ ਸੀ ਰੋਗ ਐਪੇਟਾਈਟਸ ਵੀ ਵੀ ਬਹੁਤ ਗਿਆ ਕਾਲਾ ਪੀਲੀਆ ਵੱਖਰੇ ਤੌਰ ਤੇ ਗਿਆ ਉਸ ਤੋਂ ਇਲਾਵਾ ਉਹਨਾਂ ਦਿਨਾਂ ਵਿੱਚ ਏਡਸ ਬਹੁਤ ਜ਼ਿਆਦਾ ਗਈ ਹਾਂਜੀ ਤੇ ਇਸ ਦਾ ਕੋਈ ਰਿਕਾਰਡ ਹੀ ਨਹੀਂ ਰੱਖਿਆ ਗਿਆ ਕਿ ਜਿਸ ਵੇਲੇ ਮਰੀਜ਼ ਦੀ ਹਾਲਤ ਬਹੁਤ ਖਸਤਾ ਹੋ ਜਾਂਦੀ ਸੀ ਉਹਨੂੰ ਕਿਸੇ ਨਾ ਕਿਸੇ ਬਹਾਨੇ ਨਾਲ ਰਿਲੀਜ਼ ਕਰਾ ਦਿੱਤਾ ਜਾਂਦਾ ਸੀ ਸਟੇਟ ਵਿੱਚ ਵੀ ਬਾਹਰ ਆ ਕੇ ਆਤਾ ਉਹ ਮਰੀਜ਼ ਘਰ ਦੇ ਸੰਭਾਲ ਲੈਣ ਸੰਭਾਲ ਲੈਣ ਨਹੀਂ ਤੇ ਜ਼ਿਆਦਾਤਰ ਦੀ ਮੌਤ ਹੋ ਗਈ। ਅੱਜ ਵੀ ਪੁਰਾਣੇ ਜਿਹੜੇ ਖਾੜਕੂ ਅਤੇ ਸਿੱਖ ਜੇਲਾ ਵਿੱਚੋਂ ਆਏ ਹੋਏ ਨੇ ਉਹਨਾਂ ਵਿੱਚੋਂ ਅੱਜ ਤੱਕ ਲਗਭਗ 65 ਤੋਂ 70% ਤੱਕ ਜਿਹੜੇ ਸਿੱਖ ਜੇਲ੍ਹਾਂ ਵਿੱਚ ਰਹਿ ਨੇ ਉਹ ਕਾਲੇ ਪੀਲੇ ਦੇ ਸ਼ਿਕਾਰ ਬਣੇ ਹੋਏ ਨੇ ਤੇ ਉਹਨਾਂ ਦਾ ਕੋਈ ਵੀ proper ਇਲਾਜ ਨਹੀਂ ਹੋ ਰਿਹਾ ਹੈ। ਕਹ ਜੇ ਇੱਕ ਪੰਜਾਬ ਦੇ ਜੇਲ੍ਹਾਂ ਦੀ ਇਹਦਾ ਮੇਨ ਕਾਰਨ ਕ੍ਰਪਸ਼ਨ ਹੈ ਜਾਂ ਜਿਹੜੇ ਜੁਝਾਰੂ ਹੈਗੇ ਨੇ ਉਹਨਾਂ ਨੂੰ ਨਿਸ਼ਾਨੇ ਤੋਂ ਪੜਕਾਉਣ ਵਾਸਤੇ ਨਿਸ਼ਾਨੇ ਤੋਂ ਪੜਕਾਉਣ ਵਾਸਤੇ ਉਹਨਾਂ ਨੂੰ ਮੋਟਰ ਦੇ ਘਾਟ ਉਤਾਰਨ ਵਾਸਤੇ ਕੋਈ ਯਤਨ ਹੁੰਦੇ ਨੇ ਆ ਦੋਨੋਂ ਹੀ ਚੀਜ਼ਾਂ ਨੇ ਜੀ ਕ੍ਰਾਪਸ਼ਨ ਵੀ ਬਹੁਤ ਜ਼ਿਆਦਾ ਜੁਝਾਰੂਆਂ ਵਿੱਚ ਵੀ ਆ ਜਿਹੜੇ ਜੇਲ੍ਹ ਵਿੱਚ ਡੈ ਰ ਰਹੇ ਨੇ ਉਹਨਾਂ ਵਿੱਚ ਵੀ ਉਹਨਾਂ ਤਾਈਆਂ ਨੇ ਉਹ ਛੋਟੀਆਂ-ਛੋਟੀਆਂ ਫੈਸਿਲਿਟੀ ਲੈਣ ਲਈ ਹਜ਼ਾਰਾਂ ਰੁਪਏ ਖਰਚਦੇ ਨੇ ਜੀ ਕ੍ਰਾਪਸ਼ਨ ਐਸ ਪੱਧਰ ਤੱਕ ਆ ਗਈ ਹੈ ਕਿ ਜੇ ਤੁਸੀਂ ਬਾਰਕੀ ਚ ਟੀਵੀ ਲਵਾਉਣਾ ਤੇ ਉਹਦੀ ਕੀਮਤ ਵੱਖਰੀ ਹੈ ਰੇਡੀਓ ਸੁਣਨਾ ਉਹਦੀ ਕੀਮਤ ਵੱਖਰੀ ਹੈ ਠੀਕ ਆ ਕੋਈ ਤੁਸੀਂ ਕਿਉਂਕਿ ਜਿੰਨਾ ਤੇ پابੰਦੀਆਂ ਬਹੁਤ ਜ਼ਿਆਦਾ ਨੇ ਉਹਨਾਂ ਦੇ ਸਾਲਿਚ ਕੁਝ ਵੀ ਨਹੀਂ ਜਾਂਦਾ ਤੇ ਉਹਨਾਂ ਦੇ ਸਾਲਿਚ ਤਾਂ ਜੇ ਮਤਲਬ ਤੜਕੇ ਵਾਲੀ ਧਾਲ ਵੀ ਭੇਜਣੀ ਹੈ ਤੇ ਉਹ ਵੀ ਕ腐ਸ਼ਨ ਤੇ ਆ ਜਿਉਂ ਨਾਲ ਕੋਲ ਰੋਟੀ ਵੀ ਸਹੀ ਭੇਜਣੀ ਹੈ ਤੇ ਉਹ ਵੀ ਕ腐ਸ਼ਨ ਤੇ ਆ ਹੁਣ ਮੈਂ ਤੁਹਾਨੂੰ ਇੱਕ ਆਪਣੀ ਐਗਜ਼ਾਮਪਲ ਦੇ ਦਿੰਦਾ ਤਿਹਾਰ ਜੇਲ੍ਹ ਵਿੱਚ ਮੈਂ ਰਿਹਾ ਤੇ ਮੇਰੇ ਨਾਲ ਹੀ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਨਾਲ ਸਬੰਧਤ ਬਾਕੀ ਕਰਦੀ ਵੀ ਸੀ ਮੈਂ ਤਿਹਾਰ ਜੇਲ੍ਹ ਵਿੱਚ ਫਾਂਸੀ ਚੱਕੀਆਂ ਹੀ ਸੀ ਜੇਲ੍ਹ ਨੰਬਰ 3 ਵਿੱਚ ਪਿਛਲੇ ਪਾਸੇ ਵਾਲੇ ਸਾਲ ਵਿੱਚ ਉਹ ਸਨ ਉਹਨਾਂ ਦੇ ਕੋਲ ਟੈਲੀਵਿਜ਼ਨ ਵੀ ਸੀ ਉਹਨਾਂ ਕੋਲ ਦੋ ਮੁਲਾਜ਼ਮ ਵੀ ਸੀ ਕਰਦੀ ਵੀ ਸੀ ਜਿਹੜੀ ਉਹਨਾਂ ਦੀ ਸੇਵਾ ਕਰਨ ਵਾਲੇ ਸੀ ਉਹਨਾਂ ਦੀ ਰੋਟੀ ਵੀ ਇੱਕ ਸਾਲ ਵਿੱਚ ਚੁੱਲਾ ਰੱਖਿਆ ਹੋਇਆ ਸੀ ਉੱਥੇ ਤਾਜੀ ਬਣਦੀ ਸੀ ਉਹਨਾਂ ਦੇ ਘਰ ਤੋਂ ਵੀ ਸਾਰੀਆਂ ਚੀਜ਼ਾਂ ਆਉਂਦੀਆਂ ਸੀ ਹਰ ਚੀਜ਼ ਮਿਲਦੀ ਸੀ ਉਹ ਸਾਰੀ ਚੀਜ਼ ਵਿੱਚ ਸਟ੍ਰੇਟ ਦੇ ਵੀ ਕਿਰਪਾ ਚਾਹੀਦੀ ਏ ਤੇ ਕ੍ਰਾਪਸ਼ਨ ਵੀ ਚਾਹੀਦੀ ਏ ਦੋਨੋਂ ਚੀਜ਼ਾਂ ਨੇ ਉਹ ਦੋਨੋਂ ਚੀਜ਼ਾਂ ਉਹਨਾਂ ਕੋਲ ਸੀ ਬੜੀ ਵੱਡੀ ਤਾਦਾਦ ਵਿੱਚ ਸੀ ਦੂਸਰੇ ਪਾਸੇ ਹੀ ਮਤਲਬ ਐ ਐ ਇੱਕ ਸਾਲਾਂ ਦਾ ਆ ਗਿਆ ਕੰ다 ਐ ਇਸ ਪਾਸੇ ਫੇਰ ਸਾਲ ਨਹੀਂ ਮੈਂ ਇਸ ਪਾਸੇ ਹਾਂ ਮੇਰੇ ਕੋਲ ਕੁਝ ਵੀ ਨਹੀਂ ਸੀ ਮੇਰੀ ਬੰਦੀ ਵੀ ਨਹੀਂ ਸੀ ਖੁੱਲਦੀ ਤੇਰੀ ਤੇਰੀ ਕਾਦ ਸੀ ਮੈਨੂੰ ਕੁਲੜੀ ਚ ਸਵੇਰੇ ਇੱਕ ਅੱਧਾ ਕੁਲੜ ਚਾਹ ਮਿਲਦੀ ਸੀ ਦੋ ਸੁੱਕੀਆਂ ਰੋਟੀਆਂ ਮਿਲਦੀਆਂ ਸੀ ਨਾਲ ਸਬਜੀ ਦਾਲ ਵੀ ਨਹੀਂ ਸੀ ਦਿੰਦੇ ਸ਼ਾਮ ਨੂੰ ਵੀ ਕੁਲੜੀ ਚ ਚਾਹ ਮਿਲਦੀ ਸੀ ਤੇ ਰੋਟੀ ਦੇ ਉੱਤੇ ਹੀ ਜਾਂ ਦਾਲ ਪਾ ਦੇਣੀ ਆ ਸਬਜੀ ਪਾ ਦੇਣੀ ਕੋ ਦਰਵਾਜ਼ੇ ਦੇ ਹੇਠੋਂ ਹੀ ਖਸਾ ਦੇਣੀ ਉਸ ਵਿੱਚ ਵੀ ਮਤਲਬ ਜਾਣ ਬੁਝ ਕੇ ਉਹਨਾਂ ਨੇ ਬੀੜੀ ਵਾਲੇ ਥਾਣਾ ਹੀ ਭੇਜਣੀ ਕਿ ਭਈਆ ਨਾ ਖਾਏ ਤੇ ਜਾਵਾ ਚੰਗਾ ਤੇ ਅਜਹੀਆਂ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜੇਲ੍ਹ ਵਿੱਚ ਜੜੀਆਂ ਚੀਜ਼ਾਂ ਆਮ ਲੋਕਾਂ ਦੇ ਸਮਝ ਤੋਂ ਪਰੇ ਨੇ ਉਹਨਾਂ ਦਾ ਅਹਿਸਾਸ ਵੀ ਨਹੀਂ ਕਰ ਸਕਦੇ ਤਾਂ ਕਰਕੇ ਮੈਂ ਕਿਹਾ ਕਿ ਮੈਂ ਜੇਲ੍ਹ ਵਿੱਚ ਕਈ ਇਲਾਜ ਨਹੀਂ ਕਰਵਾਇਆ ਕਿਉਂਕਿ ਮੈਨੂੰ ਪਤਾ ਸੀ ਇਹ ਸਾਰੀਆਂ ਚੀਜ਼ਾਂ ਤੇ ਜੇ ਤੁਸੀਂ ਜੇਲ੍ਹ ਵਿੱਚ ਹੋ ਹੋਰ ਆਪਣੀ ਤੰਦਰੁਸਤੀ ਰੱਖਣੀ ਹੈ ਤੇ ਫਿਰ ਤੁਹਾਨੂੰ ਬਹੁਤ ਘੁੱਸਾ ਨਾ ਪੰਦਾ ਇਤੇ ਜਾਂ ਫੇਰੇ ਤੁਹਾਡੇ ਜਾਂ ਤੁਹਾਡੇ ਟੱਬਰ ਦੇ ਜਾਂ ਤੁਹਾਡੇ ਜਿਹੜੇ ਸਾਥੀ ਨੇ ਉਹਨਾਂ ਦੀ ਜੇਬ ਬਹੁਤ ਮੋਟੀ ਹੋਣੀ ਚਾਹੀਦੀ ਏ ਪ੍ਰਤੀਕਾਦੀ ਜਿਹੜੇ ਅੰਦਰ ਸੂਚਤਾਰਾਂ ਲਾਂਦੇ ਨੇ ਉਹ ਮੈਂ ਆਪਣੇ ਟਾਈਮ ਪੀਰੀਅਡ ਦੀ ਗੱਲ ਦੱਸ ਰਿਹਾ ਮਤਲਬ 1900 89 90 ਦੀ 88 99 90 ਦੀ ਮੈਂ ਕਹਿ ਰਿਹਾ ਉਸ ਵੇਲੇ ਵੀ ਪ੍ਰਤੀਕਾਦੀ 6000 ਤੋਂ 10000 ਰੁਪਏ ਮਹੀਨਾ ਕਰਪਸ਼ਨ ਸੀ ਸਹੂਲਤਾਂ 'ਤੇ ਪਰ ਮੈਂ ਤੁਹਾਨੂੰ ਇਹ ਦੱਸਦਾ ਕਿ ਮੈਂ ਮੈਂਬਰ ਪਾਰਲਮੈਂਟ ਚੁਣਿਆ ਗਿਆ ਸੀ ਤੇ ਮੇਰੀ ਪ੍ਰਤੀ ਮਹੀਨੇ ਤਨਖਾਹ 4800 ਰੁਪਏ ਸੀ ਜੀ ਜੀ ਇਹ ਇੱਕ ਸਿਸਟਮ ਹੈ ਇਹ ਸਾਰਾ ਕੁਝ ਜਿਲ੍ਹਾਂ ਦੀ ਹਾਲਤ ਹੈ ਔਰ ਮੈਂ ਤੁਹਾਡੇ ਤੋਂ ਹੁਣ ਇਹ ਪੁੱਛਣਾ ਚਾਹੁੰਦਾ ਕਿ ਸਾਡੇ ਸਿੱਖ ਬੰਦੀ ਜੀ ਕਈ ਕਈ ਸਾਲਾਂ ਤੋਂ ਜੇਲ੍ਹਾਂ ਵਿੱਚ ਨੇ ਭਾਈ ਜਗਤਾਰ ਸਿੰਘ ਪਵਾਰਾ ਤਿਹਾਰ ਜੇਲ੍ਹ ਵਿੱਚ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਜਿਹੜੇ ਹੈਗੇ ਨੇ ਉਹ ਪਟਿਆਲਾ ਜੇਲ੍ਹ ਦੇ ਵਿੱਚ ਨੇ ਸਾਡੀ ਜਿਹੜੀ ਧਾਰਮਿਕ ਲੀਡਰਸ਼ਿਪ ਆ ਉਹ ਤਾਂ ਫਲॉप ਹੋਈ ਹੋਈ ਆ ਰਾਜਨੀਤਿਕ ਲੀਡਰਸ਼ਿਪ ਦੀ ਵਿਹਾਲਤ ਬਹੁਤ ਵਧੀਆ ਨਹੀਂ ਰਹੀ ਇਹਨਾਂ ਬੰਦੀ ਸਿੱਖਾਂ ਨੂੰ ਲੈ ਕੇ ਕਦੇ ਵੀ ਕਿਸੇ ਨੇ ਗੰਭੀਰਤਾ ਨਾਲ ਯਤਨ ਨਹੀਂ ਕੀਤੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸਾਰਾ ਕੁਝ ਮੇਰਾ ਨਜ਼ਰੀਆ ਬਿਲਕੁਲ ਵੱਖਰਾ ਜੀ ਤੇ ਜਿਸ ਵੇਲੇ ਮੈਂ ਆਪਣੇ ਨਜ਼ਰੀਏ ਤੋਂ ਇੱਕ ਸੱਚੀ ਗੱਲ ਕਰਦਾ ਤੇ ਬੰਦੀ ਸਿੰਘ ਅਨਾਂ ਦੇ ਪਰਿਵਾਰ ਵੀ ਨਰਾਜ ਹੋ ਜਾਂਦੇ ਨੇ ਇਹਨਾਂ ਦੇ ਵਕੀਲ ਵੀ ਨਰਾਜ ਹੋ ਜਾਂਦੇ ਨੇ ਜੋ ਮੇਰੇ ਖਿਲਾਫ ਹੀ ਹੋ ਜਾਂਦੇ ਨੇ ਜੀ ਜਦੋਂ ਮੈਂ ਕਿਸੇ ਬੰਦੀ ਸਿੰਘ ਆਈ ਚੋਂ ਹੀ ਕਿਸੇ ਸਿੱਖ ਦੇ ਖਿਲਾਫ ਅਦਾਲਤ ਫੈਸਲਾ ਦਿੰਦੀ ਏ ਜੇ ਮੈਂ ਉਦੋਂ ਵੀ ਕੋਈ ਵੀਡੀਓ ਪਾਦਾ ਤੇ ਉਦੋਂ ਵੀ ਸਾਰੇ ਚੌਂ 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 ਕਰਨ ਲੱਗ ਜਾਂਦੇ ਨੇ ਜਦ ਕਿ ਮੈਂ ਸੱਚ ਬੋਲਣਾ ਔਰ ਸੱਚ ਬੋਲਣ ਦੇ ਹਿਸਾਬ ਨਾਲ ਇਹ ਜ਼ਰੂਰੀ ਨਹੀਂ ਹੁੰਦਾ ਕਿ ਜੇ ਤੁਸੀਂ ਸਾਰੀ ਇਨਵੈਸਟੀਗੇਸ਼ਨ ਕਰ ਲਈਏ ਤੇ ਸਾਰਿਆਂ ਦੇ ਪੱਖ ਨਾਲ ਦੋ। ਐ ਵੀ ਕੋਈ ਲਾਜ਼ਮੀ ਨਹੀਂ ਹੁੰਦਾ ਪੱਤਰਕਾਰਤਾ ਵਿੱਚ। ਤੇ ਪਰ ਤੁਸੀਂ ਹੁਣ ਸਵਾਲ ਕੀਤਾ ਮੈਂ ਫਿਰ ਦੱਸਾਂਗਾ, ਬੋਲਾਂਗਾ ਨਾਰਾਜ਼ਗੀਆਂ ਆਪਣੀਆਂ ਧਾਵਾਤ ਇਹਨੇ, ਪੰਥ ਆਪਣੀ ਥਾਂ ਤੇ ਆ ਤੇ ਸੰਘਰਸ਼ ਆਪਣੀ ਥਾਂ ਤੇ ਆ। ਪਹਿਲੀ ਗੱਲ ਤੇ ਆ ਜੇ ਕਿ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੇ ਜਿਹੜਾ ਬਾਦਲਾਂ ਤੇ ਐਸਜੀਪੀਸੀ ਤੇ ਤੇ ਪੰਥ ਵਿਰੋਧੀਆਂ ਤੇ ਆਪਣੀ ਰਿਹਾਈ ਲਈ ਭਰੋਸਾ ਕੀਤਾ ਮੈਂ ਉਸ ਨੂੰ 101% ਆਪਣੇ ਆਪ ਨਾਲ ਕੀਤਾ ਗੁਨਾ ਮੰਨਦਾ ਉਹਨਾਂ ਨੇ ਟੱਬਰ ਨੇ ਵੀ ਆਪਣੇ ਬੰਦੀ ਸਿੰਘਾਂ ਦੇ ਸੰਘਰਸ਼ ਨਾਲ ਗੁਨਾ ਕੀਤਾ ਬੰਦੀ ਸਿੰਘਾਂ ਨੇ ਆਪਣੇ ਆਪ ਨਾਲ ਗੁਨਾ ਕੀਤਾ ਅਤੇ ਇਹ ਇੱਕ ਟਾਈਪ ਨਾਲ ਗਦਾਰਾਂ ਦਾ ਸਾਥ ਦੇ ਕੇ ਗਦਾਰੀ ਕਰਵਾਉਣ ਵਾਲਾ ਪੱਖ ਹੋ ਜਾਂਦਾ ਮੇਰੀ ਬੜੀ ਸਪਸ਼ਟ ਤੇ ਸਿੱਧੀ رائے ਹੈ ਉਹਨਾਂ ਕੋਲ ਕੋਈ ਰਾਹ ਨਹੀਂ ਹੈ ਉਹ ਕਹਿੰਦੇ ਨੇ ਸਾਡੇ ਕੋਲ ਕੋਈ ਰਾਹ ਨਹੀਂ ਹੈ ਉਹਨੂੰ ਉਸ ਵਾਸਤੇ ਮੈਂ ਸਿੱਖ ਸੰਘਰਸ਼ ਲੜ ਰਹੇ ਜਮੀਰ ਨੂੰ ਗੁਨਾਗਾਰ ਮੰਨਣਾ ਦੇਖੋ ਸਿੱਖ ਜਮੀਰ ਵੰਡਿਆ ਹੋਇਆ ਇਹ ਖਾਲਸਾਣ ਲਈ ਖੜਾ ਇੱਕ ਵਾਧਾ ਅਧਿਕਾਰਾਂ ਲਈ ਖੜਾ ਇਕਾਂ ਦਾ ਸੰਘਰਸ਼ ਸਰਬਤ ਸੰਘਰਸ਼ ਕਰੋ ਇਕਾਂ ਦਾ ਸ਼ਾਂਤਮਈ ਸੰਘਰਸ਼ ਕਰੋ ਇਕਾਂ ਦਾ ਵਾਧਾ ਅਧਿਕਾਰਾਂ ਲਈ ਸੰਘਰਸ਼ ਕਰੋ ਇਕਾਂ ਦਾ ਆਨੰਦਪੁਰ ਸਾਹਿਲ ਦੇ ਮੱਤ ਲਈ ਸੰਘਰਸ਼ ਕਰੋ ਛੇਵਾ ਕਾਂ ਦਾ ਜੀ ਅੰਮ੍ਰਿਤਸਰ ਨਾਲ ਨਮੇ ਲਈ ਸੰਘਰਸ਼ ਕਰੋ ਠੀਕ ਆ ਨਾ ਜੀ ਪਰ ਹੈ ਤਾਂ ਸਾਰੀ ਸਿੱਖ ਜਮੀਰ ਦੀ ਆਵਾਜ਼ ਨਾਲ ਜੀ ਕਿ ਭਈ ਸੇਕ ਯੂਨੈਨੀ ਮਸਲੀ ਆਫਟਰ ਵਾਰ ਦੇ ਵਿੰਗੇਟਡ ਸੱਜੇ ਖੱਬੇ ਟੰਗ ਨਾਲ ਚੰਦੇ ਤੇ ਆਪਣੀ ਸੁਤੰਤਰਤਾ ਨੇ ਸਿੱਖ ਆਵਾਮ ਨੂੰ ਇਹ ਰਾਇ ਚਾਹੀਦਾ ਕਿ ਚਾਹੇ ਉਹ ਜਿਹੜੇ ਮਰਜ਼ੀ ਟੰਗ ਤਰੀਕੇ ਤੇ ਏਜੰਡੇ ਲਈ ਜੇਲ੍ਹ ਵਿੱਚ ਗਏ ਹੋਣ ਸਿੱਖ ਆਵਾਮ ਨੂੰ ਆਪਣੇ ਸੰਘਰਸ਼ੀਆਂ ਦਾ ਸਾਥ ਦੇਣਾ ਚਾਹੀਦਾ ਮੈਂ ਦੇਖ ਰਿਹਾ ਕਿ ਸਿੱਖ ਸੰਘਰਸ਼ ਦਾ ਸਾਥ ਸਿੱਖ ਕੌਮ ਸਾਲ 2098 ਤੋਂ ਬਾਅਦ ਛੱਡ ਚੁੱਕੀ ਹੈ 1998 ਤੋਂ ਬਾਅਦ ਹਾਂ ਉਹ ਸੌਰੀ 1998 ਤੋਂ ਬਾਅਦ ਛੱਡ ਚੁੱਕੀ ਹੈ ਉਹਨੂੰ ਕਿਸੇ ਕੌਮ ਵਿੱਚ ਬਹੁਤ ਟਾਵੇਂ ਟਾਵੇਂ ਉਹ ਪਰਿਵਾਰ ਨੇ ਜਿੰਨਾ ਵਿੱਚ ਜ਼ਮੀਰ ਜੀਉਂਦੀ ਹੈ ਨਹੀਂ ਤੇ ਆਮ ਸਿੱਖ ਨੂੰ ਹੁਣ ਬੰਦੀ ਸਿੰਘਾਂ ਜਾਂ ਬੰਦੀ ਸਿੰਘਾਂ ਦੇ ਏਜੰਡੇ ਜਾਂ ਵਾਧ ਅਧਿਕਾਰਾਂ ਜਾਂ ਕੌਮ ਦੀ ਸੁਤੰਤਰਤਾ ਨਾਲ ਕੋਈ ਵੀ ਸਰੋਕਾਰ ਨਹੀਂ ਰਹਿ ਗਿਆ ਔਰ ਆ ਸਿੱਖ ਕੌਮ ਦੀ ਸਭ ਤੋਂ ਵੱਡੀ ਤਰਾਸਦੀ ਆ ਅਜਹੀ ਕੌਮ ਜਿਹੜੀ ਬਣੀ ਹੀ ਸੰਘਰਸ਼ੀਚੋਂ ਹੋਈ ਅਜਹੀ ਕੌਮ ਜਿਹੜੀ ਸੰਘਰਸ਼ ਵਿੱਚੋਂ ਹੀ ਆਪਣੀ ਆਈਡੈਂਟਿਟੀ ਨੂੰ ਸੈਪਰੇਟ ਕਰਦੀ ਹੋਈ ਉਹ ਕੌਮ ਆਪਣੇ ਸੰਘਰਸ਼ੀ ਜੀਵਨ ਵਾਲੇ ਉਹਨਾਂ ਨੌਜਵਾਨਾਂ ਨੂੰ ਜਿਹੜੇ ਹੁਣ ਬਜ਼ੁਰਗ ਹੋ ਚੁੱਕੇ ਨੇ ਦਾ ਸਾਥ ਛੱਡ ਦੇ ਤੇ ਇਕੱਲਾ ਛੱਡ ਦੇ ਕੋਮਾ ਫਿਰ ਕਦੇ ਵੀ ਜਾਗਰਤ ਕੋਮਾ ਨਹੀਂ ਮੰਨਿਆ ਜਾਂਦੀਆਂ ਮੈਂ ਅਜਿਹਾ ਨਹੀਂ ਮੰਨਦਾ ਜੀ ਤੇ ਆਪਣੇ ਆਪ ਵਿੱਚ ਬਹੁਤ ਵੱਡੀ ਤਰ੍ਹਾਂ ਸਾਰਾ ਕੁਝ ਬੜੀ ਨੇੜਿਓਂ ਵੇਖਦੇ ਹੋਰ ਉਸ ਨੂੰ ਬਤੌਰ ਸਿੱਖ ਚਿੰਤਕ ਉਹਨੂੰ ਬੜੇ ਚੰਗੀ ਤਰ੍ਹਾਂ ਖੋਖ ਕਰਦੇ ਹੋ ਕਾਰਨ ਕੀ ਹੈ ਕਿ ਕੌਮ ਨੇ ਉਹਨਾਂ ਵੀਰਾਂ ਦਾ ਸਾਥ ਕਿਉਂ ਛੱਡ ਦਿੱਤਾ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਜੇ ਸੰਘਰਸ਼ੀ ਹੀ ਉਹਨਾਂ ਅੱਥੇ ਥੋੜੀ ਜਿਹੀ 1 2 3 ਕਰਕੇ ਕਿਉਂਕਿ ਗੱਲ ਲੰਬੀ ਨਾ ਕਰੀਏ 1 2 3 ਕਰਕੇ ਗੱਲ ਕਰ ਲਈਏ ਜੀ ਦਮਦਮੀ ਟਕਸਾਲ ਸੰਘਰਸ਼ ਦੀ ਮੋਰੀ ਬਣੀ ਜੀ ਬਾਬਾ ਜਰਨਾਰ ਸਿੰਘ ਜੀ ਖਾਲਸਾ ਪਿੰਡ ਵਾਲਾ ਬਿਲਕੁਲ ਬਿਲਕੁਲ ਉਸ ਵੇਲੇ ਦਮਦਮੀ ਟਕਸਾਲ ਦਾ ਆਪਣਾ ਹੀ ਘਰੂਤਵਾਸੀ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਦੀ ਸ਼ਹੀਦੀ ਨੂੰ ਲੁੱਟਣ ਵਾਲੀ ਉਹਨਾਂ ਦੀ ਸ਼ਹੀਦੀ ਨੂੰ ਵੇਚਣ ਵਾਲੀ ਉਹਨਾਂ ਦੀ ਸ਼ੀਧੀ ਨੂੰ ਪੁਰਾਹੇ ਪਾਉਣ ਵਾਲੀ ਫੇਰ ਦਮਦਮੀ ਟਕਸਾਲ ਬਣ ਗਈ ਤੇ ਦੱਸੋ ਆਵਾਮ ਦਾ ਭਰੋਸਾ ਕਿੱਥੇ ਜਾਏਗਾ ਜਾਂ ਉਹਨਾਂ ਦੇ ਨਾਲ ਦੇ ਸਮਰਥਕ ਬਣ ਗਏ ਵਰਤਮਾਨੀ ਚਾ ਹਾਲਤ ਹੋ ਗਈ ਕਿ ਉਹ ਟੋਟਲੀ ਦੀ ਟੋਟਲੀ ਭਾਜਪਾ ਦੇ ਨਾਲ ਜਾ ਕੇ ਖੜੀ ਹੋ ਗਈ ਹਿੰਦੂਤਵਾ ਨਾਲ ਜਾ ਕੇ ਖੜੀ ਹੋ ਗਈ ਮੈਂ ਨਹੀਂ ਕਹਾਂਦਾ ਕਿ ਉਹਨਾਂ ਦਮਦਮੀ ਟਕਸਾਲ ਦੇ ਵਿਦਿਆਰਥੀ ਗੋਪਾਲਾ ਜੀ ਸ਼ਰਿਆ ਮਾਖਦੇ ਨੇ ਇਹਨਾਂ ਚੀਜ਼ਾਂ ਨੂੰ ਉਤੋਂ ਮੇਵਾਰਵੀ ਚਰਿਆਮ ਆਖਦੇ ਨੇ ਜਿਤਕਿ ਉਹਨਾਂ ਦੇ ਵਿਦਿਆਰਥੀ ਰਹੇ ਨੇ ਠੀਕ ਆ ਨਾ ਜੀ ਚੱਲ ਆ ਰਹੀ ਜਾਨ ਫਿਰ ਉਹੀ ਦੰਦਮੀ ਟਕਸਾਲ ਜਿਹੜੀ ਕਹਿੰਦੀ ਸੀ ਅਕਾਲੀ ਦਲ ਤੋਂ ਕੌਮ ਨੂੰ ਆਜ਼ਾਦ ਕਰਾ ਕੇ ਹੀ ਆਜ਼ਾਦੀ ਮਿਲੇਗੀ ਅਕਾਲੀ ਦਲ ਦਾ ਹਿੱਸਾ ਬਣ ਗਈ ਉਹੀ ਪਿੰਡਰਾਲਿਆਂ ਦਾ ਪਰਿਵਾਰ ਅਕਾਲੀ ਦਲ ਦਾ ਹਿੱਸਾ ਬਣ ਗਿਆ ਉਹੀ ਪਿੰਡਰਾਲਿਆਂ ਦਾ ਟਕਸ ਦੰਦਮੀ ਟਕਸਾਲ ਦੇ ਪਰਿਵਾਰ ਜੀਵੇਂ ਅਸੀਂ ਕਹਿੰਦੇ ਆ ਰੋਟੀ ਬੇਟੀ ਦੀ ਸਾਂਝ ਬਣਾ ਲਈ ਉਹਨਾਂ ਨੇ ਅਕਾਲੀ ਦਾਲੀ ਸਾਰਾ ਕੁਝ ਬਣ ਗਿਆ ਤੇ ਲੋਕਾਂ ਲਈ ਵਖਰੇਵਾ ਕਿੱਥੇ ਰਹਿ ਗਿਆ ਲੋਕਾਂ ਨੇ ਦੇਖਿਆ ਕਿ ਵੀ ਉਹ ਲੋਕ ਜਿਹੜੇ ਆਪਣੇ ਝੰਡੇ ਲਈ ਸ਼ਹੀਦ ਹੋਏ ਉਹੀ ਜਿਨ੍ਹਾਂ ਨੇ ਉਹਨਾਂ ਨੂੰ ਸ਼ਹੀਦ ਕਰਾਇਆ ਉਹਨਾਂ ਨਾਲ ਯਾਰਾ ਲੈਣੇ ਤੇ ਫਿਰ ਸਾਡੀ ਕੀ ਲੋੜ ਆ ਇੱਕ ਰੰਜਾ ਦੂਜੀ ਮੌਰੀ ਕਤਾਰ ਸੀ ਆਲ ਇੰਡੀਆ ਸਿੱਖੀ ਸਟੂਡੈਂਟਸ ਫੈਡਰੇਸ਼ਨ ਦੀ অল ইন্ডিয়া এসকে স্টুডেন্টস ফেডারেশন ਦਾ ਕੀ ਅਸਰ ਕੀਤਾ ਐਵੇਂ ਹੀ ਕਹੀ ਜਾਓ ਜੀ ਕਿ ਸੰਧੂ ਹੁੰਦਾ ਤੇ ਆ ਹੁੰਦਾ ਫਲਾਣਾ ਹੁੰਦਾ ਤੇ ਉਹ ਹੁੰਦਾ ਕੋਈ ਵੀ ਹੁੰਦਾ ਸਾਰੇ ਗਏ ਤਾਂ ਅਖੀਰ ਬਾਦਲ ਦੀ ਅਕਾਲੀ ਦਲ ਦੀ ਤੇ দমদਮੀ ਤੱਕ ਸਾਲ ਦੀ ਕੁਛੜੀ ਛੜੀ ਚੀਨਾ ਜੀ ਉਹ ਆਪਾਂ ਪਹਿਲਾਂ ਸਿੱਧੇ ਨਹੀਂ ਗਏ ਉਹਨਾਂ ਨੇ ਰਾਖਤ ਯਾਰ ਮਤਲਬ ਬੰਦ ਦਰਵਾਜਾ ਪਿਛਲਾ ਬੰਦ ਦਰਵਾਜਾ ਆਖਤਿਆਰ ਕਰ ਲਿਆ ਕਿ ਭਈ ਅਸੀਂ ਵੀ ਨਾਲ ਹੀ ਆ ਜੀ ਸਾਡੇ ਸਾਡੇ ਵੀ ਬੰਦ ਖਲਾਸੀ ਹੋ ਜਾਏ ਅਸੀਂ ਵੀ ਸੱਤਾ ਦਾ ਲਾਭ ਲੈ ਲਈਏ ਅਸੀਂ ਵੀ ਸੱਤਾ ਹੀ ਚਾਜ ਆਈਏ ਹੁਣ ਉਸੇ ਚ ਚਾਏ ਉਸ ਵੇਲੇ ਦਾ ਦੂਜਾ ਭਿੰਡਰਾਂ ਵਾਲਾ ਕਿਹਾ ਜਾਂਦਾ ਹਰਿੰਦਰ ਸਿੰਘ ਕਾਲੂ ਅੱਜ ਆਰਐਸਐਸ ਨਾਲ ਜੁੜਿਆ ਹੋਇਆ ਉਸ ਵੇਲੇ ਦਾ ਆਪਣਾ ਦਮ ਪਾਈ ਰੋਡੇ ਦਾ ਰੋਡੇ ਪਰਿਵਾਰ ਦਾ ਟਕਸਾਲ ਦਾ ਸਿਮਰਨਜੀਤ ਸਿੰਘ ਮਾਨ ਦਾ ਵਕੀਲ ਤੇ ਆਗੂ ਫੇਰ ਅਸ਼੍ਰੀ ਸਿਕੰਤਮਲ ਜੁੜ ਗਿਆ ਠੀਕ ਆ ਨਾ ਜੀ ਫੇਰ ਮਹਤਾ ਚਾਵਲਾ ਗਰੇਵਾਲ ਵਰਗੇ ਮਨਜੀਤ ਸਿੰਘ ਵਰਗੇ ਤੇ ਕਿਤੇ ਕਿਤੇ ਨਾਮ ਲਈਏ ਸਾਰੇ ਹੀ ਅਕਾਲੀ ਦਲ ਬਾਦਲ ਦੇ ਵਿੱਚ ਜਾ ਕੇ ਵਿਰਾਜਮਾਨ ਹੋ ਗਏ ਉਸ ਤੋਂ ਪਹਿਲਾਂ ਉਹਨਾਂ ਨੇ ਬਰਨਾਲੇ ਤੋਂ ਵਸਾਂ ਦੇ ਪਰਮਿਟ ਲਏ ਨੌਕਰੀਆਂ ਲਈਆਂ ਹੋਰ ਵੀ ਵੀ ਢੰਗ ਤਰੀਕੇ ਅਖਤਿਆਰ ਕੀਤੇ ਲਾਇਸੈਂਸ ਲਏ ਹੋਨਾਸ ਚੀਜ਼ਾਂ ਨੂੰ ਲੋਕੀ ਸਾਰੇ ਦੇਖਦੇ ਨੇ ਲੋਕਾਂ ਦਾ ਵਸ ਨਹੀਂ ਚੱਲਦਾ ਲੋਕੀ ਅੱਖਾਂ ਨਾਲ ਦੇਖ ਰਹੇ ਨੇ ਹੁਣ ਜਦੋਂ ਲੋਕਾਂ ਨੇ ਦੇਖਿਆ ਭਈ ਇਹਨਾਂ ਦਾ ਤਾਂ ਕਿਰਦਾਰ ਪੁਰਾਣੇ ਲੀਡਰਾਂ ਬਾਦਲਾਂ ਤੋਂ ਵੀ ਮਾੜਾ ਨਿਕਲਿਆ ਐਸ ਕਰਕੇ ਲੋਕਾਂ ਨੇ ਉਹਨਾਂ ਨੂੰ ਹਾਸ਼ੀਏ ਤੋਂ ਬਾਹਰ ਕਰਤਾ ਤੇ ਫਿਰ ਮੂਲ ਬਾਦਲਾਂ ਨੂੰ ਲੈ ਆਇਆ ਹੁੰਦਾ ਬੜੀ ਸਪਸ਼ਟ ਹੁਣ ਜੇ ਸਿਮਰਾਂਜੀਤ ਸਿੰਘ ਮਾਨ ਨੂੰ ਐਬਸੋਲੂਟ ਸੱਤਾ ਮਿਲੀ ਉਨੇ ਕੀ ਕੀ ਕਿਰਦਾਰ ਪੇਸ਼ ਕੀਤਾ ਤੇ ਲੋਕਾਂ ਨੇ ਦੇਖਿਆ ਕਿ ਬਈ ਇਹ ਹੀ ਆ ਤੇ ਫੇਰ ਮਾਲੋਤ ਬਰਨੋਲਾ ਪਾਦਲ ਟੋੜਾ ਹੀ ਚੰਗੇ ਸੀ ਮਤਲਬ ਸਾਡੀ ਪੋਜੀਸ਼ਨ ਆ ਹੋ ਗਈ ਆ ਕਿ ਗਦਾਰਾਂ ਵਿੱਚੋਂ ਜਿਹੜੇ ਘੱਟ ਘੱਟ ਹਰ ਨੇ ਉਹ ਚੰਗੇ ਨੇ ਮਾਲਿਆਂ ਵਿੱਚੋਂ ਜਿਹੜੇ ਘੱਟ ਮਾਲੇ ਨੇ ਉਹ ਚੰਗੇ ਨੇ ਕਰਾਪਟਾਂ ਵਿੱਚੋਂ ਜਿਹੜੇ ਘੱਟ ਕਰਾਪਟ ਭ੍ਰਸ਼ਟ ਨੇ ਉਹ ਚੰਗੇ ਨੇ ਅਨੈਤਿਕਤਾ ਵਿੱਚੋਂ ਤੇ ਜਿਹੜੇ ਘੱਟ ਆ ਨੈਤਿਕ ਨੇ ਉਹ ਚੰਗੇ ਨੇ ਮਤਲਬ ਅਸੀਂ ਕਿਰਦਾਰ ਤੇ ਮਿਆਰ ਆਪਣਾ ਨਾ ਬਣਾ ਲਿਆ ਨਾ ਜੀ ਤੇ ਫਿਰ ਅਸੀਂ ਕੌਮ ਨੂੰ ਕਿਉਂ ਦੋਸ਼ ਦਿੰਦੇ ਆ ਭਾਈ ਹਾਲ ਬੰਦੀ ਸਿੰਘਾਂ ਦਾ ਹੁਣ ਬੰਦੀ ਆਪਾਂ ਫਿਰ ਮੁੱਦੇ ਤੇ ਆ ਜਾਂਦੇ ਆ ਬੰਦੀ ਸਿੰਘਾਂ ਦੀ ਰਿਹਾਈ ਤੇ ਬੰਦੀ ਸਿੰਘਾਂ ਨੇ ਜਦੋਂ ਆਪਣਾ ਸਾਰਾ ਬਾਗਦੋਰੀ ਕੌਣ ਤੋਂ ਹਟਾ ਕੇ ਇਹਨਾਂ ਲੀਡਰਾਂ ਦੇ ਹੱਥ ਕਰ ਦਿੱਤਾ ਇਹਨਾਂ ਲੀਡਰਾਂ ਨੇ ਤੇ ਉਹਨਾਂ ਦਾ ਸ਼ੋਸ਼ਣ ਕਰਨਾ ਸੀ ਪਹਿਲਾਂ ਵੀ ਕੀਤਾ ਹੁਣ ਵੀ ਕੀਤਾ ਅੱਗੇ ਵੀ ਕਰਦੇ ਰਹਿਣਗੇ ਤੇ ਉਹਨਾਂ ਦੇ ਪਰਿਵਾਰ ਸ਼ੋਸ਼ਣ ਕਰਾ ਰਹੇ ਨੇ ਮੈਨੂੰ ਹੁਣ ਤੁਸੀਂ ਖੁਦ ਦੱਸੋ ਤੁਸੀਂ ਆਰੰਭ ਵਿੱਚ ਹੁਣ ਕਾਈ ਚੁਕਿਆ ਕਿ 25 ਲੱਖ ਦਸਤਾਖਤ ਕਰਵਾਇਆ ਐ ਐਸਡੀਪੀਸੀ ਨੇ ਕਿਉਂ ਰੁੱਲ ਗਏ ਨਾ ਜੀ ਦਸਤਾਖਤ ਕਿਉਂ ਨਹੀਂ ਭਾਈ ਅਮਰਤਪਾਲ ਸਿੰਘ ਦੀ ਮਾਤਾ ਤੇ ਉਹ ਡਿਬਰੂਗੜ ਦੇ ਸਮੂਹ ਪਰਿਵਾਰ ਕਹਿੰਦੇ ਕਿ ਭਾਈ ਜੇ ਤੁਸੀਂ ਨਹੀਂ ਉਹ ਦਸਤਾਖਤ ਲੈ ਕੇ ਜਾਣਾ ਕਿ ਤੇ ਸਾਨੂੰ ਫੜਾ ਦਿਓ ਅਸੀਂ ਸਿਰਾਂ ਤੇ ਪੰਡ ਚੁੱਕ ਕੇ ਦਿੱਲੀ ਚਲੇ ਜਾਂਦੇ ਆਂ ਜਾ ਸਕਦੇ ਨੇ ਨਾ ਜੀ ਵੀ ਜਾਣਾ ਚਾਹੀਦਾ ਪਰ ਜੇ ਤੁਸੀਂ ਵਕੀਲ ਹੀ ਰਾਸ਼ਟਰੀ ਸਿੱਖ ਸੰਗਤ ਵਾਲੇ ਕਰ ਲੈਨੇ ਤੇ ਉਹ ਤੁਹਾਨੂੰ ਆ ਵਿਜਨ ਕਿਉਂ ਦੇਵਗੇ ਉਹ ਤਾਂ ਫਿਰ ਜੈ ਤਿੰਦਰਪਾਲ ਸਿੰਘਾ ਬੋਲੇਗਾ ਕਹਿੰਨਗੇ ਉਹ ਤਾਂ ਹੈ ਹੀ ਗੱਦਾਰ ਜੀ ਉਹ ਤੁਹਾਨੂੰ ਗਲਤ ਰਾ ਤੋੜ ਰਿਆ ਜਿਹੜੀ ਅਸੀਂ ਸਹੀ ਪਾਲਿਸੀ ਕਰਦੇ ਆ ਉਹਨੂੰ ਗਲਤ ਮੈਂ ਬੰਦੀ ਛੋੜ ਮੈਂ ਬੰਦੀ ਸਿੰਘਾਂ ਦੇ ਮੋਰਚ ਮੋਹਾਲੀ ਤੇ ਬੜਾ ਸਪਸ਼ਟ ਬੋਲ ਕੇ ਆਇਆ ਸੀ ਮੇਰੀ ਸਪੀਚ ਨੱਟ ਤੇ ਪਈ ਹੈ ਕਿ ਭਈ ਤੁਸੀਂ ਕਰ ਕੀ ਰਹੇ ਹੋ ਔਰ ਕਿੰਨਾ ਰਾਹੀ ਕਰ ਰਹੇ ਹੋ ਉਹਨਾਂ ਆਗੂਆਂ ਰਾਹੀ ਕਰ ਰਹੇ ਹੋ ਜਿਹੜੇ ਆਗੂਆਂ ਨੇ ਤੁਹਾਨੂੰ ਜੇਲ੍ਹ ਭੇਜਿਆ ਜਿਹੜੇ ਆਗੂਆਂ ਨੇ ਕੋਹਮ ਨਾਲ ਗਦਾਰੀ ਕੀਤੀ ਜਿਹੜੇ ਆਗੂਆਂ ਨੇ ਜਿਨ੍ਹਾਂ ਨੇ ਤੁਹਾਨੂੰ ਸ਼ਹੀਦ ਕੀਤਾ ਤੁਹਾਡੇ ਤੇ ਕੇਸ ਬਣਾਏ ਕੋਨਾ ਪੁਲਿਸ ਅਫਸਰਾਂ ਨੂੰ ਡੀਜੀਪੀ ਬਣਾਇਆ ਤੇ ਉਹਨਾਂ ਦੇ ਕੇਸ ਵਾਪਸ ਲਏ ਤੇ ਤੁਸੀਂ ਉਹਨਾਂ ਅੱਗੇ ਖਿਰਾਤ ਮੰਗਦੇ ਫਿਰਦੇ ਹੋ ਕਦੇ ਸੰਭਵ ਨਹੀਂ ਆਗਾ ਆਹ ਅੰਦਰੂਨੀ ਗਲਤੀਆਂ ਨੇ ਜੀ ਮੈਨੂੰ ਆ ਬਾਬਾ ਤੁਸੀਂ ਗੱਲ ਕੀਤੀ ਸਰਦਾਰ ਅੰਮ੍ਰਿਤਪਾਲ ਸਿੰਘ ਦੀ ਤੇ ਹੋਰ ਬੰਦੀ ਸਿੱਖਾਂ ਦੀ ਅਸੀਂ ਉਸੇ ਵਿਸ਼ੇ ਦੇ ਉੱਤੇ ਗੱਲ ਕਰ ਰਹੇ ਸਾਂ ਇਸ ਮਾਮਲੇ 'ਚ ਸਾਡੀ ਧਾਰਮਿਕ ਲੀਡਰਸ਼ਿਪ ਦਾ ਵੀ ਕੋ ਬਹੁਤ ਪੋਜ਼ਿਟਿਵ ਰੋਲ ਨਹੀਂ ਲਿਆ ਮੈਂ ਹੈਰਾਨ ਆ ਕਿ ਅਕਾਲ ਤਖਤ ਦੇ ਜਥੇਦਾਰ ਭਾਈ ਰਗਵੀਰ ਸਿੰਘ ਜੀ ਨੇ ਦੋ ਸਬ ਕਮੇਟੀਆਂ ਦਾ ਗਠਨ ਕੀਤਾ ਸੀ ਇੱਕ ਸਬ ਕਮੇਟੀ ਸੀ ਜਿਹੜੀ ਬੰਦੀ ਸਿੱਖਾਂ ਦੇ ਮਾਮਲੇ ਦੇ ਉੱਤੇ ਸੀ ਜਿਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਦਾ ਹਰ ਮੀਟਿੰਗ ਜੀ ਕਾਲ ਕਾ ਭਾਈ ਬਲਵੰਤ ਸਿੰਘ ਰਾਜਵਾਨਾ ਦੀ ਭੈਣ ਬੀਬੀ ਕਮਲਜੀਤ ਕੌਰ ਤੇ ਉਹਦੇ ਨਾਲ ਦੀ ਨਾਲ ਦੋ ਵਿਅਕਤੀ ਹੋਰ ਸ਼ਾਮਲ ਕੀਤੇ ਗਏ ਸੀ ਤਾਂ ਅਕਾਲੀਆ ਗੁਵਿਰਸਾ ਸਿੰਘ ਵਲਟੋਹਾ ਸਨ ਤੇ ਇੱਕ ਜਲੰਧਰ ਤੋਂ ਸ਼ਬਦ ਦੇ ਇੱਕ ਵੱਡੇ ਪੰਜਾਬੀ ਅਖਬਾਰ ਦੇ ਸੰਪਾਦਕ ਨੂੰ ਸ਼ਾਮਲ ਕੀਤਾ ਗਿਆ ਸੀ ਉਹਦੀਆਂ ਦੋ ਜਾਂ ਤਿੰਨ ਮੀਟਿੰਗਾਂ ਹੋਈਆਂ ਉਸ ਤੋਂ ਬਾਅਦ ਉਹ ਕਮੇਟੀ ਕਿੱਥੇ ਗਈ ਕੀ ਬਣਿਆ ਉਸ ਮੁੱਦੇ ਦਾ ਕੀ ਬਣਿਆ ਕਿਸੇ ਨੇ ਵਿਚਾਰ ਨਹੀਂ ਅੱਗੇ ਚੱਲ ਜੀ ਸਰਦਾਰ ਅਮਰਿਤਪਾਲ ਸਿੰਘ ਦੇ ਮਾਮਲੇ ਦੇ ਉੱਤੇ ਤੇ ਉਹਨਾਂ ਦੇ ਸਾਥੀਆਂ ਦੀ ਰਿਹਾਈ ਨੂੰ ਲੈ ਕੇ ਜਥੇਦਾਰ ਨੇ ਇੱਕ ਪੰਜ ਮੈਂਬਰੀ ਸਬ ਕਮੇਟੀ ਬਣਾਈ ਸੀ ਜਿਹਦੇ ਵਿੱਚ ਸਰਦਾਰ ਭਗਵੰਤ ਸਿੰਘ ਜੀ ਸਿਆਲਕਾ ਸਰਦਾਰ ਰਜਿੰਦਰ ਸਿੰਘ ਜੀ ਮਹਿਤਾ ਸਿੱਖ ਬੁੱਢੀ ਜੀ ਵੀ ਜਿਹੜੇ ਹੈਗੇ ਨੇ ਅਜਮੀਰ ਸਿੰਘ ਜੀ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਸੀ ਡਾਕਟਰ ਸੁਖਪ੍ਰੀਤ ਸਿੰਘ ਉਦੋਂ ਕੇ ਨਹੀਂ ਸ਼ਾਮਲ ਕੀਤਾ ਗਿਆ ਸੀ ਉਸ ਕਮੇਟੀ ਦੀ ਵੀ ਕਿਤੇ ਸਾਰ ਨਹੀਂ ਨਜ਼ਰ ਆਂਦੀ ਹੁਣ ਇਹੋ ਜਿਹੇ ਹਾਲਾਤਾਂ ਦੇ ਵਿੱਚ ਲੋਕ ਵਿਸ਼ਵਾਸ ਕਰਨ ਤੇ ਕਿਦੇ ਤੇ ਬੰਦੀ ਸਿੱਖ ਜਿਨ੍ਹਾਂ ਦੇ ਉੱਤੇ ਕੋਈ ਦੋਸ਼ ਨਹੀਂ ਹੈਗਾ ਸਜਾਵਾਂ ਦੁਨੀਆ ਸਜਾਵਾਂ ਪੂਰੀਆਂ ਕਰ ਚੁੱਕੇ ਨੇ ਦੇ ਬਾਵਜੂਦ ਜਿਨ੍ਹਾਂ ਵਿੱਚ ਨੇ ਕਿੱਧਰ ਜਾਵਾਂਗੇ ਬੜੇ ਸਪਾਸਟ ਚ ਹੀ ਗੱਲ ਆ ਕਿ ਸਿੱਖ ਓਮ ਨੇ ਆਪਣੀ ਹਸਤੀ ਆਪਣਾ ਡਰਾਪਣ ਆਪਣੀ ਵਿਲੱਖਣਤਾ ਆਪਣੀ ਅਣਖ ਆਪਣੀ ਹੋੰਦ ਅਤੇ ਆਪਣੀ ਸੱਤਾ ਆਪਣੇ ਹੱਥੀ ਗਵਾ ਦਿੱਤੀ ਹੈ ਜੇ ਕੌਮ ਆਪਣੇ ਆਪ ਤੇ ਭਰੋਸਾ ਨਹੀਂ ਰੱਖਦੀ ਇਸ ਕਰਕੇ ਉਹਦੇ ਬੰਦੀ ਸਿੰਘਾਂ ਦੀ ਹਾਲਤ ਅਜਹੀ ਹੈ ਜੇ ਕੌਮ ਆਪਣੇ ਹਸਤੀ ਤੇ ਅ ਭਰੋਸਾ ਰ ਹਸਤੀ ਸ਼ੇਰ ਜਿਉਂ ਅੰਕਸ ਹੈ ਤਹਿਰਨ ਜਿਉਂ ਸਿਰ ਦਏ ਬੜੀ ਸਪਸ਼ਟ ਜਈ ਇਹ ਗੁਰਬਾਣੀ ਚ ਵਿਆਖਿਆ ਕੀਤੀ ਗਈ ਹੈ ਜੇ ਅਸੀਂ ਇਹ ਸਿੰਘਾਂ ਸੰਤੇ ਸੁੱਤੇ ਹੀ ਰਾਂਗੇ ਆਪਣੇ ਸਿੰਘਾਸਨ ਦੀ ਹਸਤੀ ਨੂੰ ਆਪ ਹੀ ਖਤਮ ਕਰਕੇ ਕਾਂਗਰਸੀ ਅਸੀਂ ਤਾਂ ਲੁੱਟੇ-ਪੁੱਟੇ ਗਏ ਜੀ ਸਾਡੇ ਕੋਲ ਤਾਂ ਕੱਖ ਨਹੀਂ ਬਚਿਆ ਜੀ ਤੇ ਫਿਰ ਦੂਜੀਆਂ ਕੌਮਾਂ ਜਿਨ੍ਹਾਂ ਨੇ ਤੁਹਾਨੂੰ ਗੁਲਾਮ ਬਣਾਇਆ ਉਹ ਤੁਹਾਨੂੰ ਕਿਉਂ ਕੁਝ ਬਣਨ ਦੇਣਗੀਆਂ ਪਹਿਲੀ ਗੱਲ ਹੁਣ ਦੋ ਕਮੇਟੀਆਂ ਦੀ ਤੁਸੀਂ ਗੱਲ ਕੀਤੀ ਦੋਨੋਂ ਕਮੇਟੀਆਂ ਵਿੱਚ ਕੁਛ ਅਜਿਹੇ ਸੰਜੀਦਾ ਬੰਦੇ ਨੇ ਜਿਨ੍ਹਾਂ ਤੇ ਕਦੇ ਵੀ ਸ਼ੱਕ ਨਹੀਂ ਕੀਤਾ ਜਾ ਸਕਦਾ ਜੀ ਠੀਕ ਆ ਜੀ ਸਰਦਾਰ ਵਰਜਿੰਦਰ ਸਿੰਘ ਹਮਦਪਤ ਠੀਕ ਆ ਜੀ ਦਾਰਨਸ਼ਵਰ ਬੰਦੇ ਨੇ ਪੱਤਰਕਾਰ ਨੇ ਕੋਣਾਂ ਦੀ ਬਹੁਤ ਵੱਡੀ ਲਾਈਨ ਖੇਚੀ ਹੋਈ ਆ ਅਜੀਤ ਅਖਬਾਰ ਪਹਿਲਾਂ ਹਮਦਰ ਤੋਂ ਨਿਕਲਦਾ ਸੀ ਫਿਰ ਕਬੂਨਿ ਚ ਗਏ ਹੁਣ ਅਜੀਤ ਚਲਾ ਰਹੇ ਨੇ ਦੂਸਰੇ ਸਰਦਾਰ ਸੁਖਪ੍ਰੀਤ ਸਿੰਘ ਜੀ ਉੱਢੋ ਕੇ ਜੀ ਠੀਕ ਆ ਮਾ ਜੀ ਹੁਣ ਖਾੜਕੂ ਸਫਾਈ ਚ ਹੀ ਸਤਕਾਰੇ ਜਾਂਦੇ ਨੇ ਕੌਮ ਨਸਲਾਂ ਦੇ ਵਿਚਾਰਧਾਰਾ ਵਿੱਚੋਂ ਆਏ ਹੋਏ ਸਰਦਾਰ ਅਜਮੇਰ ਸਿੰਘ ਜੀ ਹਾਲਾਂਕਿ ਉਹ ਕੌਮ ਨਸਟਾਂ ਨੂੰ ਉਹਨਾਂ ਦੇ ਜਿਹੜੇ ਗੁਰੂ ਨੇ ਉਹ ਕਹਿੰਦੇ ਨੇ ਯੂਸਫੁਲੀ ਡੀਅਟਰ ਨਹੀਂ ਕਹਿੰਦਾ ਸਟਾਲਿਨ ਤੇ ਲੈਨਿਨ ਨੇ ਉਹਨਾਂ ਨੂੰ ਨਾ ਦਿੱਤੇ ਹੋਏ ਨੇ ਭਾਰਤੀ ਕਮਿਊਨਿਸਟਾਂ ਨੂੰ ਅਸੀਂ ਅਸਲੀ ਵੀਡੀਓ ਹੀ ਬਣਾਈ ਹੈ ਉਹ ਸਾਰਾ ਕੁਝ ਪੁਰਾਣਾ ਤਿਆਗ ਕੇ ਸਿੱਖ ਲਹਿਰ ਇਤਹਾਏ ਤੇ ਸਿੱਖ ਲਹਿਰ ਦੇ ਵਿਮਹਾਗਮਾ ਨੇ ਨਾਰੀ ਸ਼ਕਤ ਕਰ ਰਿਆ ਕਿ ਮੈਂ ਕਹ ਰਿਹਾ ਕਿ ਕੁਝ ਦਾਣੇਸ਼ਵਰ ਬੰਦੇ ਨੇ ਠੀਕ ਆ ਨਾ ਕਿ ਭਾਈ ਰਾਜਵਾਨਾ ਜੀ ਦੀ ਭੈਣ ਕਮਲਜੀਤ ਕੋਲ ਮੈਂ ਹੁਣ ਘਟੋ ਘਟ ਜਿਹੜੇ ਆ ਦਾਣੇਸ਼ਵਰ ਬੰਦੇ ਨੇ ਦੋਨਾਂ ਕਮੇਟੀਆਂ ਦੇ ਇਹਨਾਂ ਨੂੰ ਤਾਂ ਘਟ ਤੋਂ ਘਟ ਆਪਣੀ ਜ਼ਮੀਰ 'ਚ ਐਨੀ ਕੂ ਸਚਾਈ ਨੂੰ ਪ੍ਰਗਟ ਕਰਨ ਦੀ ਜ਼ਰੂਰਤ ਤਾਂ ਕਰਨੀ ਚਾਹੀਦੀ ਏ ਜਿੰਨੀ ਕੂ ਸਚਾਈ ਅੰਮ੍ਰਿਤ ਮੱਲੇ ਤੁਹਾਡਾ ਅਮਰ ਅਸਰ ਤੋਂ ਆਪ ਦਾ ਕੁਮਰ ਵਿਜੇ ਪ੍ਰਤਾਪ ਸਿੰਘ ਪ੍ਰਗਟ ਕਰ ਦਿੰਦਾ ਮਿਨਿਮਮ ਅੰਨਾ ਕੋਤੇ ਚਾਹੀਦਾ ਕਿ ਭਈ ਉਹ ਕਿਸ ਹਾਲਾਤ ਵਿੱਚ ਕਿੱਥੇ ਕੀ ਹੋ ਰਿਹਾ ਉਹ ਕਾ ਦਿੰਨਾ ਮੇਰੇ ਆ ਤੁਸ ਪੁੱਛ ਨਹੀਂ ਹੈਗਾ ਪਰ ਇੱਥੇ ਆਂ ਭਗਵੰਤ ਮਾਨ ਨੇ ਆਪ ਨੇ ਕੇਜਰੀ ਹਾਲੇ ਆ ਧੋਖੇ ਕੀਤੇ ਤੇ ਅੰਨਾ ਲੋਕਾਂ ਵਿੱਚ ਜੇ ਕੋਮ ਪ੍ਰਸਤੀ ਹੈ ਮੈਨੂੰ ਨਹੀਂ ਪਤਾ ਕਿਸ ਮਿqdaਰ ਵਿੱਚ ਮੈਂ ਆਪਣੇ ਤੌਰ ਤੇ ਇੱਕ ਇਹ ਸੋਚਦਾ ਮੈਂ ਜੇ ਕਿਸੇ ਵੀ ਸਿੱਖ ਵਿੱਚ ਇਹਨਾਂ ਸਾਰਿਆਂ ਦੀ ਤੇ ਮੇਰਾ ਕੋਈ ਸਵਾਲ ਨਹੀਂ ਹੈਗਾ ਮੈਂ ਇਹਨਾਂ ਨੂੰ ਧਰਨੇਸ਼ਵਰ ਮੰਨਦਾ ਇਮਾਨਦਾਰ ਮੰਨਦਾ ਜੋ ਕਿ ਕੌਮ ਨੇ ਇਹਨਾਂ ਨੂੰ ਜਾਂ ਜਿਹੜੇ-ਜਿਹੜੇ ਧੜੇ ਚੋਂ ਇਹ ਸਮਰਥਾ ਨਹੀਂ ਚੁਣਨੇ ਉਹ ਧੜੇ ਇਹਨਾਂ ਨੂੰ ਅਜਿਹਾ ਮੰਨਦੇ ਨੇ ਮੇਰੇ ਮੰਨਣਾ ਜਾਂ ਨਾ ਮੰਨਣ ਨਾਲ ਕੋਈ ਤਾਲੁਕ ਨਹੀਂ ਹੈ ਇਸ ਲਈ ਮੇਰੀ ਕੋਈ ਇਹ ਵਿਅਕਤੀਗਤ رائے ਮੈਂ ਇਹਨਾਂ ਤੇ ਨਹੀਂ ਦੇ ਰਿਹਾ ਪਰ ਮੇਰੀ ਇੱਕ ਵਿਅਕਤੀਗਤ ਰਾਏ ਆ ਜਰੂਰ ਆ ਕਿ ਜਿਹੇ ਆ ਵਾਕਏ ਹੀ ਜੀਵਿਆਂ ਨਾਲ ਦੇ ਧੜੇ ਉਹ ਮੰਨਦੇ ਨੇ ਤੇ ਆਨ ਸਾਰਿਆਂ ਨੂੰ ਕੁਮਰ ਵਿਜੈ ਪ੍ਰਤਾਪ ਸਿੰਘ ਵਾਕਨ ਸੱਚ ਬੋਲਣ ਦੀ ਉਹਨਾਂ ਕਮੇਟੀਆਂ ਦੇ ਵਿੱਚ ਕੀ ਹੋਇਆ ਸੱਚ ਦੱਸਣ ਦੀ ਤੇ ਕੌਮ ਨਾਲ ਖੜਨ ਦੀ ਜੁਰਤ ਆ ਕਰਨੀ ਚਾਹੀਦੀ ਹੈ ਹੁਣ ਆ ਜਾਓ ਤੁਸੀਂ ਗੱਲ ਕੀਤੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਦੋਨੋਂ ਹੀ ਕਮੇਟੀਆਂ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਬਣਾਈਆਂ ਗਈਆਂ ਤੀਜੀ ਕ ਤੀਜਾ ਆਦੇਸ਼ ਵੀ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਗਿਆ ਅਕਾਲੀ ਦਲ ਨੂੰ ਕਿ ਬਈ ਬੰਦੀ ਸਿੰਘਾਂ ਬਾਰੇ ਤੁਸੀਂ ਕੁਝ ਕਰੋ ਜਿਸ ਕਰਕੇ 25 ਲੱਖ ਦਸਤਖਤ ਦੀ ਮੁੰਡੀ ਮਾਰਾਂ ਬੋਈ ਉਹ ਵੀ ਅਦੇ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਆ ਤੇ ਫੇਰ ਤਾਂ ਇਹਨਾਂ ਤਿੰਨਾਂ ਦੋਨਾਂ ਕਮੇਟੀਆਂ ਨੇ ਤੇ ਅਕਾਲੀ ਦਲ ਨੇ ਤੇ ਐਸਜੀਪੀਸੀ ਨੇ ਇਹਨਾਂ ਚਾਰਾਂ ਨੇ ਹੀ ਸਰੀਆ ਕਾਲ ਤਖਤ ਸਾਹਿਬ ਦੀ ਆਨਕ ਇੱਜ਼ਤ ਪੱਤ ਦਸਤਾਰ ਸੱਤਾ ਫਰਲਾ ਆ ਜਿੰਨੇ ਨਾਂ ਤੁਸੀਂ ਕਹਿੰਦੇ ਹੋ ਨਾ ਮੈਂ ਸਾਰੇ गिना ਲੈਂਦਾ ਤੁਹਾਨੂੰ ਸੱਤਾ ਫਰਲਾ ਇਜਮਤ ਤੇ ਸਭ ਤੋਂ ਵੱਡੀ ਗੱਲ ਜਿਹੜੀ ਸਾਈਕੀ ਹੁੰਦੀ ਹੈ ਤੇ ਨਾਲ ਸਾਰੀਆਂ ਚੀਜ਼ਾਂ ਦੀ ਪਰੇ ਚ ਲਾ ਦਿੱਤੀ ਨਾ ਜੀ ਜੇ ਸ੍ਰੀ ਅਕਾਲ ਤਖਤ ਸਾਹਿਬ ਦੀ ਸੰਸਥਾ ਪਰਖ ਤੋਂ ਮੈਂ ਵਿਅਕਤੀ ਦੀ ਗੱਲ ਨਹੀਂ ਹੈ ਮੈਂ ਜਿੰਨੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਸੰਸਥਾ ਪਰਖ ਤੋਂ ਪ੍ਰਤੀਕ ਨੇ ਜਿਹੜੇ ਮੇਰੇ ਤੇ ਮੇਰੇ ਸਮੇਤ ਸਾਰੇ ਸਿੱਖਾਂ ਦੇ ਫਿਰਦਾਇਚ ਵਸਦੇ ਨੇ ਇਹ ਪ੍ਰਤੀਕ ਜਿਨ੍ਹਾਂ ਨੂੰ ਨਾ ਸਮਝ ਆਏ ਵੀਡੀਓ ਰਿਵਾਈਂਡ ਕਰਕੇ ਸੁਣ ਲਿਆ ਜੀ ਜਿਹਨਾਂ ਸਾਰਿਆਂ ਨੇ ਪਰੇ ਚ ਲਾ ਦਿੱਤੀ ਹੈ ਤੇ ਸਾਡੇ ਵਰਤਮਾਨ ਜਰਨਾ ਨੇ ਐਸ ਚੀਜ਼ ਦੀ ਸੰਭਾਲ ਕਰਨੀ ਸੀ ਔਰ ਜਿਨ੍ਹਾਂ ਨੇ ਆਦੇਸ਼ ਦਿੱਤੇ ਸੀ ਉਹਨਾਂ ਦੇ ਆਦੇਸ਼ਾ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਇਹ ਪਰੇ ਚਲਾ ਦਿੱਤੀ ਗਈ ਤੇ ਉਹ ਫੇਰ ਸੱਤਾ ਤੇ ਬੈਠੇ ਨੇ ਤੇ ਇਹਨਾਂ ਨੂੰ ਤਲਬ ਨਹੀਂ ਕਰਦੇ ਤੇ ਫੇਰ ਸਭ ਤੋਂ ਵੱਧ ਦੋਸ਼ੀ ਤਾਂ ਵਰਤਮਾਨ ਅਕਾਲ ਤਖਤ ਸਾਹਿਬ ਤੇ ਦੀ ਸੀਟ ਦਾ ਇਸਤੇਮਾਲ ਕਰ ਰਿਹਾ ਨਾਮ ਦਾ ਮੋਰਦਾ ਇਸਤੇਮਾਲ ਕਰ ਰਿਹਾ ਵਿਅਕਤੀ ਅਤੇ ਉਸਦੇ ਨਾਲ ਜੁੜੇ ਚਾਰ ਆ ਪੰਜ ਸਿੰਘ ਸਾਬਾਨੀ ਨੇ ਮੈਂ ਤਾਂ ਹੀ ਮੰਨਾਂਗਾ ਪਹਿਲੀ ਗੱਲ ਤੀਸਰੀ ਗੱਲ ਉਹ ਪਰਿਵਾਰ ਬਾਰ-ਬਾਰ ਦੇ ਕੋ ਉਪਰ ਹੀ ਚਲਾ ਦਿੱਤੀ ਸਾਰੀ ਚੀਜ਼ ਹੋ ਗਈ ਉਹਨਾਂ ਪਰਿਵਾਰਾਂ ਨੇ ਦੇਖ ਲਿਆ ਵੀ ਇਹ ਲੋਕ ਸਾਡਾ ਇਸਤੇਮਾਲ ਕਰ ਗਏ ਹੁਣ ਉਹ ਪਰਿਵਾਰ ਅਮਰਪਾਲ ਜੀ ਦੇ ਮਾਤਾ ਜੀ ਅਤੇ ਬਾਕੀ ਸਾਰੇ ਸਿੰਘਾਂ ਦੇ ਪਰਿਵਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਦੋ ਵਾਰੀ ਜਾ ਚੁੱਕੇ ਨੇ ਮੈਨੂੰ ਦੱਸਾਂ ਨਹੀਂ ਕੋਈ ਅਫਸੋਸ ਨਹੀਂ ਜੋ ਮੀਡੀਆ ਰਹੀ ਮੈਨੂੰ ਪਤਾ ਵਿਅਕਤੀਗਤ ਗੱਲਾਂ ਹੋਰ ਜ਼ਿਆਦਾ ਹੋ ਸਕਦੀਆਂ ਨੇ ਮੀਡੀਆ ਰਾਈ ਮੈਨੂੰ ਪਤਾ ਭਈ ਦੋ ਵਾਰੀ ਉਹ ਗਏ ਨੇ ਉਹ ਕਹਿੰਦੇ ਨੇ ਮੈਂ ਵਿਚਾਰ ਦਾਂ ਜੀ ਹੁਣ ਵਿਚਾਰ ਉਹ ਬਾਕੀ ਕਾਦੀ ਰਹਿ ਗਈ ਕੋਈ ਅਗਲਾ ਪ੍ਰੋਗਰਾਮ ਨਹੀਂ ਹੈ ਅ ਅਕਾਲੀ ਦਲ ਦਾ ਸੁਪਰੀਮੋ ਪ੍ਰਧਾਨ ਉਹਨਾਂ ਨੂੰ ਟਾਈਮ ਨਹੀਂ ਦਿੰਦਾ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ 25 ਲੱਖ ਦਸਤਾਖਤ ਕੋਲਡ ਸਟੋਰੀ ਚ ਲਾ ਆ ਉਹਨਾਂ ਨੂੰ ਟਾਈਮ ਨਹੀਂ ਦਿੰਦਾ ਵਕੀਲ ਉਹਨਾਂ ਦਾ ਕੁਝ ਨਹੀਂ ਕਰਦੇ ਉਪਰਵਾੜ ਵੀ ਜਦੋਂ ਮੈਂ ਕਿਹਾ ਸੀ ਕਿ ਭਈ 6 ਮਹੀਨੇ ਬਾਅਦ ਉਹਨਾਂ ਦੀ ਯੂਪੀਏ ਖਤਮ ਕਰਵਾਉਣ ਦੀ ਕਾਰਵਾਈ ਆਸਤੇ ਮੋਰਚਾ ਲੱਗਣਾ ਚਾਹੀਦਾ ਸੀ ਇਸ ਗੱਲ ਲਈ ਨਹੀਂ ਸੀ ਲੱਗਣਾ ਚਾਹੀਦਾ ਕਿ ਭਈ ਉਹਨਾਂ ਨੂੰ ਪੰਜਾਬ ਸ਼ਿਫਟ ਕਰ ਦੋ ਇਹ ਕਹਿਣਾ ਕਿ ਪੰਜਾਬ ਸ਼ਿਫਟ ਕਰ ਦੋ ਦਾ ਮਤਲਬ ਸਿੱਧਾ ਹੈ ਕਿ ਪਰਿਵਾਰ ਸਰਕਾਰ ਨਾਲ ਰਲ ਗਏ ਤੇ ਸਰਕਾਰ ਨੂੰ ਕਹਿ ਰਹੇ ਨੇ ਯੂਪੀਏ ਚਾਏ ਵਾਦਾ ਦਿਓ ਜੀ ਅੱਗੇ ਪਰ ਪੰਜਾਬ ਦੀਆਂ ਜੇਲ੍ਹ ਨਹੀਂ ਚਲਾਇਆ ਉਹ ਹੁਣ ਜਤਿੰਦਰਪਾਲ ਸਿੰਘ ਆ ਵਿਆਖਿਆ ਕਰਦਾ ਤੇ ਵਿਆਖਿਆ ਕਿਉਂ ਗਲਤ ਆ ਅਦੇ ਵਿੱਚ ਕਿਹੜਾ ਹੀ ਫੰਟ ਬੱਟ ਲੱਗਾ ਹੋਇਆ ਜੇ ਮੁਹੱਲਿ ਮੋਰਚੇ ਆਲੇ ਅਜਿਹੀਆਂ ਗੱਲਾਂ ਕਰਦੇ ਨੇ ਤੇ ਅਦੇ ਵਿੱਚ ਕਿਹੜਾ ਹੀ ਫੰਟ ਬੱਟ ਲੱਗਾ ਹੋਇਆ ਜੇ ਤੁਸੀਂ ਕੌਮ ਨੂੰ ਜਗਾ ਹੀ ਨਹੀਂ ਸਕਦੇ ਜਿਸ ਕੌਮ ਵਾਸਤੇ ਇੰਨਾ ਸਾਰਿਆਂ ਨੇ ਆਪਾ ਵਾਰਿਆ ਨੌਜਵਾਨਾਂ ਨੇ ਆਪਣਾ ਸੁਨਹਿਰੀ ਟਾਈਮ ਦਿੱਤਾ ਆਪਣੀ ਜ਼ਿੰਦਗੀ ਦਿੱਤੀ ਆਪਣੇ ਟੱਬਰ ਵਾਰ ਦਿੱਤੇ ਔਰ ਉਹਨਾਂ ਵਾਸਤੇ ਜੇ ਸਿੱਖ ਕੌਮ ਇੱਕ ਦਿਨ ਦੋ ਦਿਨ ਸੜਕਾਂ ਤੇ ਨਹੀਂ ਨਿੱਤਰ ਸਕਦੀ ਤੇ ਫੇਰ ਤਾਂ ਸ਼ਰਮ ਸ਼ਾਰਾ ਮਾਸੀ ਤੋਂ ਹਮ ਅੱਗੇ ਵੀ ਐਸੇ ਆਗੂਆਂ ਅੱਗੇ ਵੀ ਐਸੇ ਪਬਰਾਂ ਅੱਗੇ ਵੀ ਅਜਹੇ ਪੰਜ ਸਿੰਘ ਸਾਬੰਦ ਅੱਗੇ ਵੀ ਤੇ ਸਾਡੇ ਧਾਰਮਿਕ ਰਾਜਨੀਤਿਕ ਕਾਨੂੰਨੀ ਤੇ ਬਾਕੀ ਸਾਰੇ ਆਗੂਆਂ ਅੱਗੇ ਵੀ ਜੀ ਕੀ ਕੀਤਾ ਜਾ ਸਕਦਾ ਸਰਦਾਰ ਸਾਹਿਬ ਮੈਂ ਇਸ ਗੱਲ ਦੇ ਨਾਲ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਕਿਉਂਕਿ ਅਫਸੋਸ ਦੀ ਗੱਲ ਐ ਸੀ ਕਿ ਅੱਜ 2 ਮਹੀਨੇ ਹੋ ਗਏ ਨੇ ਅਮਰਪਾਲ ਸਿੰਘ ਤੇ ਬਾਕੀ ਬੰਦੀ ਸਿੱਖਾਂ ਦੇ ਪਰਿਵਾਰ ਜਿਹੜੇ ਨੇ ਉਹ ਵਿਰਾਸਤੀ ਗਲੀ ਦੇ ਵਿੱਚ ਸੜਕ ਦੇ ਉੱਤੇ ਬੈਠੇ ਹੋਏ ਨੇ ਜੀ ਅੱਜ ਉਹਨਾਂ ਦੇ ਕੋਲ ਉਂਗਲਾਂ ਤੇ ਗਿਣਨਯੋਗੇ ਬੰਦੇ ਬੈਠੇ ਹੋਏ ਨੇ ਜੀ ਸਿਰਫ 2 ਮਹੀਨੇ ਦਾ ਟਾਈਮ ਸੀ ਅੱਗੇ ਚੱਲੀਏ ਜਿਸ ਦਿਨ ਭਾਈ ਅਮਰਤਪਾਲ ਸਿੰਘ ਦੀ ਮਾਤਾ ਨੂੰ ਉਹਨਾਂ ਦੇ ਚਾਚਾ ਜੀ ਨੂੰ ਤੇ ਉਹਨਾਂ ਦੀ ਭੂਆ ਨੂੰ ਤੇ ਉਹਨਾਂ ਦੀ ਚਾਚੀ ਨੂੰ ਅ ਦਮਦਮਾ ਸਾਹਿਬ ਜਾਂਦਿਆਂ ਹੋਇਆਂ ਪੁਲਿਸ ਨੇ ਹਿਰਾਸਤ ਵਿੱਚ ਲਿਆ ਸੀਗਾ ਬੜੇ ਹੀ ਘਟੀਆ ਢੰਗ ਤਰੀਕੇ ਅਫਤਿਆਰ ਕੀਤੇ ਗਏ ਉਹਨਾਂ ਨਾਲ ਜੀ ਕੋਈ ਲੇਡੀਜ਼ ਪੁਲਿਸ ਨਾਲ ਨਹੀਂ ਸੀ ਔਰਤਾਂ ਨੂੰ ੱਟਕੇ ਮਾਰੇ ਗਏ ਉਹਨਾਂ ਨਾਲ ਬਦਤਮੀਜ਼ੀ ਕੀਤੀ ਗਈ ਔਰ ਅਫਸੋਸ ਦੀ ਗੱਲ ਹੈਗੀ ਹੈ ਕਿ ਕਿਸੇ ਵੀ ਪੰਥਕ ਜਥੇਬੰਦੀ ਨੇ ਜ਼ਰੂਰੀ ਨਹੀਂ ਸਮਝਿਆ ਕਿ ਉਹਨਾਂ ਦੇ ਵਾਸਤੇ ਹਾ ਦਾ ਨਾਰਾ ਮਾਰਿਆ ਜਾਵੇ ਅੱਜ ਅਸੀਂ ਕਿਹੜੇ ਮੂਨਾ ਗੱਲਾਂ ਕਰਦੇ ਮੈਂ ਰਾਜਨੀਤਿਕ ਆਗੂਆਂ ਦੀ ਜਦੋਂ ਕਿਰਦਾਰ ਦੇਖਦਾ ਤੇ ਮੈਨੂੰ ਬੜੀ ਸ਼ਰਮ ਆਉਂਦੀ ਹੈ ਕਿ ਅਕਾਲੀ ਦਲ ਬਾਦਲ ਦੇ ਕੁਝ ਆਗੂ ਪਿਛਲੇ ਦਿਨਾਂ ਤੋਂ ਕਹਿ ਰਹੇ ਸੀ ਕੇ ਖਡੂਰ ਸਾਹਿਬ ਸੀਟ ਤੋਂ ਭਾਈ ਅਮਰਪਾਲ ਸਿੰਘ ਨੂੰ ਚੋਣ ਲੜਾ ਦਿੱਤੀ ਜਾਵੇ ਸਰਦਾਰ ਸਿਮਰਨਜੀਤ ਸਿੰਘ ਮਾਨਵੀ ਆਪਣੀ ਪਾਰਟੀ ਵੱਲੋਂ ਜਦੋਂ ਉੱਥੇ ਧਰਨੇ ਦੇਤੇ ਆਏ ਸੀ ਤੇ ਉਹਨਾਂ ਨੇ ਵੀ ਇਹ ਗੱਲ ਕਹੀ ਸੀ ਕਿ ਭਾਈ ਅਮਰਪਾਲ ਸਿੰਘ ਨੂੰ ਅਸੀਂ ਪੰਜਾਬ ਦੀ ਕਿਸੇ ਨਾ ਕਿਸੇ ਲੋਕ ਸਭਾ ਸੀਟ ਤੋਂ ਚੋਣ ਲੜਾਉਣਾ ਚਾਹੁੰਦੇ ਉਹਨਾਂ ਦੇ ਨਾਲੋਂ ਵੱਖ ਹੋਏ ਸਰਦਾਰ ਜਸਕਰਨ ਸਿੰਘ ਕਾਨ ਸਿੰਘ ਵਾਲਾ ਵੀ ਕਹਿੰਦੇ ਸੀ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਚੋਣ ਲੜਾ ਦਿੱਤੀ ਜਾਣੀ ਚਾਹੀਦੀ ਹੈ। ਉਹ ਆਡਾ ਨੇ ਤਾਂ ਮੇਰਾ ਖਾਲ ਨਾਂ ਵੀ ਅਨਾਉਂਸ ਕਰ ਦਿੱਤਾ ਸੀ। ਨਾਮ ਵੀ ਅਨਾਉਂਸ ਕੀਤਾ ਸੀ। ਹੁਣ ਚੋਣਾਂ ਦਾ ਵਿਗਲ ਵੱਜ ਚੁੱਕਾ ਹੈ। ਕੋਈ ਵੀ ਪਾਰਟੀ ਜਿਹੜੀ ਹੈਗੀ ਆ ਉਹ ਆਪਣੀ ਕੈਦੇ ਉੱਤੇ ਖੜਾ ਨਹੀਂ ਉਤਰ ਰਹੀ। ਕੀ ਕਿਰਦਾਰ ਰਹਿ ਗਿਆ ਰਾਜਨੀਤਿਕਾਂ ਦਾ? ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਭਾਜੀ। ਐਹੀ ਕਿਰਦਾਰ ਦੀ ਹੀ ਗੱਲ ਮੈਂ ਕੀਤੀ ਔਰ ਸਮਾਂ ਰਹਿੰਦੇ ਹੁਣ ਸਾਡੀ ਇਹ ਵੀਡੀਓ ਹੈ ਹਾਲੇ ਤਾਂ ਨਾ ਫਾਈਨਲ ਹੋਣੇ ਨੇ। ਮੈਂ ਫਿਰ ਕੌਮ ਨੂੰ ਧਿਆਨ ਖਿੱਚਣਾ ਚਾਹੁੰਦਾ ਹਾਲੇ ਨਾਮੀਨੇਸ਼ਨ ਪੰਜਾਬ ਵਿੱਚ ਆਰੰਭ ਨਹੀਂ ਹੋਇਆ ਹਾਲੇ ਹੋਣਾ ਆਰੰਭ ਤਤਮੈ ਨਰਨੀ ਮਸਲੀ ਜੇ ਤੇ ਕੌਮ ਆਪਣੇ ਨੌਜਵਾਨਾਂ ਨਾਲ ਖੜੀ ਹੈ ਤੇ ਭਾਰਤ ਦੇ ਸੰਵਿਧਾਨ ਤੇ ਇਲੈਕਸ਼ਨ ਕਮਿਸ਼ਨਰ ਦੇ ਕਾਨੂੰਨਾਂ ਦੇ ਹਿਸਾਬ ਨਾਲ ਜਿਹੜੇ ਵੀ ਸਿਟੀਜ਼ਨ ਨੂੰ 4 ਸਾਲ ਤੋਂ ਵੱਧ ਸਜ਼ਾ ਨਹੀਂ ਹੋਈ ਹੋਈ ਕੋਈ ਲਖਸ਼ਮੀ ਨਹੀਂ ਖੜਾ ਹੋ ਸਕਦਾ ਟੋਕਟ ਅੰਮ੍ਰਿਤਪਾਲ ਸਿੰਘ ਨੂੰ ਹਲੇ ਤੱਕ ਕੋਈ ਸਜ਼ਾ ਨਹੀਂ ਹੋਈ ਔਰ ਡਿਬਰੂਗੜ ਵਾਲਿਆਂ ਨੂੰ ਹਲੇ ਤੱਕ ਕੋਈ ਸਜ਼ਾ ਨਹੀਂ ਹੋਈ ਠੀਕ ਆ ਨਾ ਜੀ ਮੇਰੇ ਖਿਆਲ ਵਿੱਚ ਹਵਾਰਾ ਜੀ ਨੂੰ ਵੀ ਹਲੇ ਤੱਕ ਕੋਈ ਸਜ਼ਾ ਨਹੀਂ ਹੋਈ ਜੀ ਬਿਲਕੁਲ ਅੰਡਰ ਟ੍ਰਾਇਲ ਨੇ ਜੀ ਠੀਕ ਆ ਜੀ ਜਤਾਰ ਸਿੰਘ ਤਾਰਾ ਅੰਡਰ ਟ੍ਰਾਇਲ ਨੇ ਭਾਈ ਜਵਾਈ ਬਲਵੰਤ ਸਿੰਘ ਰਾਜੋਵਾਲਾ ਤੋਂ ਸਾਡੇ ਜਿਹੜੇ ਪਾਈ ਗੁਰਦੀਪ ਸਿੰਘ ਖੜਾ ਆਪਣੀ ਸਜ਼ਾ ਭੋਗ ਚੁੱਕੇ ਨੇ ਉਹਨਾਂ ਨੂੰ ਅਜੇ ਤੱਕ ਰਿਹਾਨੀ ਕੀਤਾ ਗਿਆ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਆਪਣੀ ਸਜ਼ਾ ਪੂਰੀ ਕਰ ਚੁੱਕੇ ਨੇ ਆ ਸ਼ਮਸ਼ੇਰ ਸਿੰਘ ਆਪਣੀ ਸਜ਼ਾ ਕੱਟ ਕੇ ਆਇਆ ਔਰ ਉਹਦੇ ਨਾਲ ਗੁਰਮੀਤ ਸਿੰਘ ਇੰਜੀਨੀਅਰ ਵੀ ਸਜ਼ਾ ਕੱਟ ਕੇ ਆਇਆ ਸੀ ਲੇਕਿਨ ਉਹਨੂੰ ਫੇਰ ਜਿਹੜਾ ਹੈਗਾ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਅਸੀਂ ਅੱਜ ਮੈਂ ਮੇਰੀ ਮੇਰੀ ਸੋਚ ਆ ਜੇ ਕਿ ਜੀਤੇ ਪੰਥ ਸੁਹਿਰ ਦਾ ਔਰ ਪੰਥ ਵਿੱਚ ਪੰਥ ਦੀ ਜ਼ਮੀਰ ਦੀ ਆਵਾਜ਼ ਜੀ ਹੁੰਦਾ ਦੋ ਗੱਲਾਂ ਨੇ ਜੇ ਸਿੱਖੀ ਜੀਉਂਦੀ ਹੈ ਪਰ ਸਿੱਖੀ ਚ ਸਿੱਖ ਜ਼ਮੀਰ ਦੀ ਆਵਾਜ਼ ਜੀ ਹੁੰਦੀ ਹੈ ਤੇ ਕਿਰਦਾਰ ਜੀਉਂਦਾ ਤੇ ਉਹਨਾਂ ਨੂੰ ਆਪਣੇ ਸਾਰੇ ਧੜਿਆਂ ਦੀ ਬਾਹ ਫੜ ਲੈਣੀ ਚਾਹੀਦੀ ਏ ਤੇ ਕਹਿਣਾ ਚਾਹੀਦਾ ਕਿ ਆ ਦੋ ਜਾਂ ਚਾਰ ਸੀਟਾਂ ਪੰਥ ਫੈਸਲਾ ਕਰੇਗਾ ਕਿ ਨੂੰ ਦੇਣੀਆਂ ਨੇ ਤੁਸੀਂ ਆਪਣੇ ਉਮੀਦਵਾਰ ਵਾਪਸ ਲਓ ਬੜੀ ਸਪਾਸਟ ਤੇ ਸਿੱਧੀ ਗੱਲ ਆ ਸੰਗਰੂਰ ਦੀ ਸੀਟ ਦੇਖੋ ਜਾ ਚੁੱਕੀ ਜਬ ਸਿੱਖਾਂ ਦੇ ਹੱਥੋਂ ਬਿਲਕੁਲ ਠੀਕ ਹੈ ਕਿਉਂਕਿ ਢੀਮਸਾ ਸਾਹਿਬ ਨੇ ਕਿਹਾ ਤਾਂ ਮੈਂ ਸਾਥ ਨਹੀਂ ਦੇਣਾ ਕਾਂਟੀ ਦਲ ਦਾ ਜੀ ਆ ਬਿਲਕੁਲ ਬਿਲਕੁਲ ਠੀਕ ਆ ਤੇ ਪਹਿਲਾਂ ਸਭ ਤੋਂ ਪਹਿਲੀ ਇਲੈਕਸ਼ਨ ਸੰਗਰੂਰ ਤੋਂ ਮਾਨ ਸਾਹਿਬ ਤਾਂ ਜਿੱਤੇ ਸੀ ਕਿ ਢੀਮਸਾ ਸਾਹਿਬ ਤੇ ਬਰਨਾਲਾ ਸਾਹਿਬ ਨੇ ਉਹਨਾਂ ਦਾ ਸਾਥ ਦਿੱਤਾ ਸੀ ਦੂਜੀ ਇਲੈਕਸ਼ਨ ਤਾਂ ਜਿੱਤੇ ਸੀ ਕਿ ਦੀਪ ਸਿੱਧੂ ਦੀ ਸ਼ਾਦਤ ਤੇ ਮੂਸੇਵਾਲੀ ਸ਼ਹਾਦਤ ਸ਼ਹਾਦਤ ਨੂੰ ਉਹਨਾਂ ਨੇ ਕੈਸ਼ ਕੀਤਾ ਸੀ ਪਰ ਹੁਣ ਉਹਨਾਂ ਨਾਲ ਨਾ ਤਾਂ ਮੂਸੇਵਾਲ ਦਾ ਪਰਿਵਾਰ ਹੈ ਨਾ ਦੀਪ ਸਿੱਧੂ ਦਾ ਪਰਿਵਾਰ ਹੈ ਨਾ ਢੀਂਦਾ ਦਾ ਪਰਿਵਾਰ ਹੈ ਨਾ ਬਰਹਾਲੇ ਦਾ ਪਰਿਵਾਰ ਹੈ ਬੜੀ ਗੱਲ ਸਪਸ਼ਟ ਮੇਰਾ ਕਿਸੇ ਨਾਲ ਵਿਰੋਧ ਨਹੀਂ ਹੈ ਪਰ ਜੇ ਸੰਗਰੂਪ ਦੀ ਸੀਟ ਕਿਸੇ ਬੰਦੀ ਸਿੰਘ ਨੂੰ ਦੇ ਦਿੱਤੀ ਜਾਏ ਤੇ ਇਹਨਾਂ ਸਾਰਿਆਂ ਨੂੰ ਕਹਿ ਦਿੱਤਾ ਜਾਏ ਤੁਸੀਂ ਵਾਪਸ ਆ ਜਾਓ ਤੇ ਪੰਥਾ ਨੂੰ ਵੋਟ ਪਾਏਗਾ ਪਰ ਇਮਾਨਦਾਰੀ ਨਾਲ ਸਾਰੇ ਆਪੋ ਆਪਣੇ ਉਮੀਦਵਾਰ ਵਾਪਸ ਲਾ ਲੈਣ ਤੇ ਦੇਣ ਕਿ ਸੰਗਰੂਰ ਦੀ ਸੀਟ ਬੰਦੀ ਸਿੰਘ ਨੂੰ ਜਿਪਾਈ ਜਾ ਸਕਦੀ ਹੈ ਖਡੂਰ ਸਾਹਿਬ ਦੀ ਸੀਟ ਬੰਦੀ ਸਿੰਘ ਨੂੰ ਖੜਾਈ ਜਾ ਸਕਦੀ ਹੈ ਜਿੱਥੇ ਕਿ ਪੰਥਕ ਦੀ ਰਾਕੋਲ ਉਮੀਦਵਾਰੀ ਨਹੀਂ ਆਇਆ ਸਾਹਮਣੇ ਖਾਲੀ ਪਈ ਹੈ ਅਮਰਪਾਲ ਸਿੰਘ ਦਾ ਇਲਾਕਾ ਦੇ ਦਿਓ ਉਹਨੂੰ ਜਿਹੜੀ ਇੰਨੀ ਲੰਬੀ ਚੌੜੀ ਕਾਨੀ ਹੈ ਠੀਕ ਆ ਨਾ ਜੀ ਜਿਹੜੀ ਅੰਮ੍ਰਿਤਸਰ ਦੀ ਸੀਟ ਆ ਇਹ ਸੀਟ ਹੋਈ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਫੁੱਲਰ ਦੀ ਪਤਨੀ ਨੂੰ ਦੇ ਦਿੱਤੀ ਜਾਣੀ ਚਾਹੀਦੀ ਏ ਬੜਾ ਸਪਸ਼ਟ ਆ ਬਾਕੀ ਸਾਰਿਆਂ ਨੂੰ ਨਾਮ ਵਾਪਸ ਲਾ ਲੈਣੇ ਚਾਹੀਦੇ ਨੇ ਔਰ ਇਮਾਨਦਾਰੀ ਨਾਲ ਇੱਕ ਮੁਠ ਹੋ ਕੇ ਸਾਰਿਆਂ ਨੂੰ ਇਹ ਨਾਸਤੇ ਇਲੈਕਸ਼ਨ ਲੜਨੀ ਚਾਹੀਦੀ ਏ ਤੇ ਤਿੰਨ ਸੀਟਾਂ ਸਿੱਖ ਕੌਮ ਦੀ ਸਾਇਕੀ ਪੰਥ ਦੀ ਆਵਾਜ਼ ਪੰਥ ਦੀ ਜ਼ਮੀਰ ਦੀ ਆਵਾਜ਼ ਸਿੱਖ ਸੁਤੰਤਰਤਾ ਲਈ ਲੜਨੀ ਆ ਚਾਹੀਦੀ ਹਨ ਹਲੇ ਬੁੱਲੇ ਬੇਰਾਂ ਦਾ ਕੁਝ ਨਹੀਂ ਜੇ ਵਿਖੜਿਆ ਜਿੱਤੇ ਵੀ ਕੋਈ ਅਨਾਉਂਸਮੈਂਟ ਨਹੀਂ ਆਦੇ ਕੋਈ ਕਿਸੇ ਨੇ ਨਾਂ ਨਾਂ ਵਾਪਸ ਲਾਣੇ ਨੇ ਨਾ ਕੁਝ ਕਰਨਾ ਲੋਹੀ ਵਾਲੇ ਨਾਮਿਨੇਸ਼ਨ ਹੀ ਨਹੀਂ ਪੰਜਾਬ ਵਿਚ ਆਰੰਭ ਹੋਇਆ ਔਰ ਜੇ ਸ੍ਰੀ ਅਕਾਲ ਤਖਤ ਸਾਹਿਬ ਜੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈਆਂ ਗਈਆਂ ਤਿੰਨ ਕਮੇਟੀਆਂ ਇੱਕ ਕੌਲੀ ਦਾਲ ਦੀ ਦੂਸਰੀ ਇਹ ਆਪਣਾ ਸ਼ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਤੀਜੀ ਪਾਲ ਪਾਰਟੀ ਜਿਹਦੇ ਚ ਕਾਲ ਕਾਜੀ ਵੀ ਸ਼ਾਮਲ ਹੋਏ ਤੇ ਆ ਵੀ ਸ਼ਾਮਲ ਹਰ ਤਿੰਨ ਕਮੇਟੀਆਂ ਜੇ ਮਤਲਬ ਜ਼ਮੀਰ ਤੋਂ ਜਿੰਦੀਆਂ ਨੇ ਤਿੰਨੋਂ ਕਮੇਟੀਆਂ ਇਹਨਾਂ ਨੂੰ ਇਸ ਕੰਮ ਵਾਸਤੇ ਅੱਗੇ ਆਉਣਾ ਚਾਹੀਦਾ ਆਪ ਅੱਗੇ ਆ ਕੇ ਇਹਨਾਂ ਨੂੰ ਕਹਿਣਾ ਚਾਹੀਦਾ ਬਈ ਅਸੀਂ ਇਸ ਕੰਮ ਲਈ ਤਿੰਨ ਕਮੇਟੀਆਂ ਆ ਗਈਆਂ ਤਿੰਨ ਸੀਟਾਂ ਮੰਗਦੀਆਂ ਬਾਕੀ ਜੋ ਮਰਜ਼ੀ ਕਰੋ ਤੁਸੀਂ ਸਰਦਾਰ ਸਾਹਿਬ ਤੁਸੀਂ ਮੰਨਦੇ ਹੋ ਕਿ ਇਹ ਲੋਕ ਸੁਵਿਹਰ ਦਿੱਤਾ ਨਾਲ ਕੰਮ ਕਰ ਸਕਣਗੇ ਕਿਉਂਕਿ ਪਿਛਲੀ ਵਾਰੀ ਸੰਗਰੂਰ ਲੋਕ ਸਭਾ ਸੀਟ ਤੋਂ ਬੀਬੀ ਕਮਲਜੀਤ ਕੌਰ ਚੋਣ ਲੜਨ ਵਾਸਤੇ ਮੈਦਾਨ ਵਿੱਚ ਉਤਾਰੇ ਗਏ ਸਨ ਤੇ ਉਹਨਾਂ ਨੂੰ ਸਿਰਫ 5000 ਵੋਟ ਪਈ ਸੀ ਭਾਜੀ ਮੈਂ ਬੜਾ ਸਪਸ਼ਟਾਂ ਬੜਾ ਸਿੱਧੀ ਸੋਚ ਦੇਣ ਵਾਲਾ ਬੰਦਾ ਆ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਇਹਨਾਂ ਤਿੰਨਾਂ ਸੀਟਾਂ ਤੇ ਧਰਿਆਵਾਂ ਵੱਲੋਂ ਨਹੀਂ ਇਲੈਕਸ਼ਨ ਲੜੀ ਜਾਣੀ ਚਾਹੀਦੀ ਬੀਬੀ ਕਮਲਜੀਤ ਕੋਰ ਦੀ ਸਭ ਤੋਂ ਵੱਡੀ ਗਲਤੀ ਸੀ ਉਹ ਵੀ ਅੱਜਕੱਲ ਮਤਲਬ ਫਾਰਮ ਦੇ ਆਟੋਕ੍ਰੈਟਿਕ ਵਿਦਵਾਨ ਬਣੇ ਹੋਏ ਨੇ ਉਹਨਾਂ ਨੇ ਤੇ ਮੈਨੂੰ ਕਦੇ ਰਾਜਵਾਨਾਂ ਨਾਲ ਮਿਲਣ ਵੀ ਨਹੀਂ ਦਿੱਤਾ ਜੀ ਤੈਨੋਂ ਵਾਰੀ ਮੈਂ ਜਲ ਗਿਆ ਡਿਕਟੇਟਰ ਹੋੁੰਦੇ ਨੇ ਤੇ ਬੇਸਿਕ ਹੈਗਾ ਕਿ ਇਹ ਤਿੰਨਾਂ ਸੀਟਾਂ ਨੂੰ ਪੰਥ ਨੂੰ ਲੜਨਾ ਚਾਹੀਦਾ ਧੜਿਆਂ ਵਿੱਚ ਸ਼ਾਮਲ ਹੋ ਕੇ ਨਹੀਂ ਲੜਾਇਆ ਜਾਣਾ ਚਾਹੀਦਾ ਪੰਥ ਦੀ ਸੁਤੰਤਰਤਾ ਦੀ ਆਵਾਜ਼ ਲਈ ਮੰਗੀ ਜਾਣੀ ਚਾਹੀਦੀ ਹੈ ਵੋਟ ਤੇ ਜੇ ਆ ਧੜੇ ਨਹੀਂ ਵੀ ਤੁਰਨਗੇ ਪਰ ਪੰਥ ਆਪ ਤੁਰੇਗਾ ਤੇ ਮੈਂ ਤੁਹਾਨੂੰ 100% ਕਹਿੰਦਾ 99 ਵਾਲਾ ਸੀਨ ਦੁਹਰਾਇਆ ਜਾਏਗਾ ਪਰ ਜੇ ਆ ਕਿਸੇ ਧੜੇ ਨਾਲ ਜੁੜਦੇ ਨੇ ਫਿਰ ਇੱਕ ਦੂਜੇ ਦੇ ਖਿਲਾਫ ਵੋਟ ਪਵਾਈ ਜਾਏਗੀ ਤੇ ਇਹਨਾਂ ਨੂੰ ਰੋਲ ਦਿੱਤਾ ਜਾਏਗਾ ਤਾਂ ਮੈਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈਆਂ ਤਿੰਨੋਂ ਕਮੇਟੀਆਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇੱਕ-ਇੱਕ ਸੀਟ ਤੇ ਪੈਰਾ ਦੇਣ ਤੇ ਸਮੁੱਚੇ ਪੰਥ ਨੂੰ ਕਹਾਂ ਨਾ ਧੜੇਬੰਦੀ ਤੋਂ ਬਾਹਰ ਆ ਕੇ ਕੰਮ ਕਰੋ ਡਿਊਟੀਆਂ ਲਾਣ ਸਟਾਰ ਪ੍ਰਚਾਰਕ ਨੂੰ ਨਿਯਤ ਕਰਨ ਪਰਨਾ ਤਿੰਨਾਂ ਸੀਟਾਂ ਨੂੰ ਕਿਸੇ ਧੜੇ ਨੂੰ ਨਹੀਂ ਦਿੱਤੀਆਂ ਜਾਣੀਆਂ ਚਾਹੀਦੀਆਂ ਉਹ ਉਮੀਦਵਾਰ ਕਿਸੇ ਧੜੇ ਦੇ ਉਮੀਦਵਾਰ ਨਹੀਂ ਹੋਣੇ ਚਾਹੀਦੇ ਉਹ ਪੰਥ ਦੇ ਤੇ ਸ੍ਰੀ ਅਕਾਲ ਤਖਤ ਸਾਹਿਬ ਇਸੇ ਕੋ ਹੁੰਦੇ ਨਿਸ਼ਾਨੇ ਜੋ ਮੀਬਾਰ ਬਣਾਏ ਜਾਣ ਚਾਹੀਦੇ ਨੇ ਮੈਨੂੰ ਨਹੀਂ ਪਤਾ ਕਿ ਹੁਣ ਉਹ ਹਵਾਰਾ ਸਾਹਿਬ ਬਣਨਾ ਚਾਹੁੰਦੇ ਨੇ ਕਿ ਨਹੀਂ ਬਣਨਾ ਚਾਹੁੰਦੇ ਮੈਨੂੰ ਨਹੀਂ ਪਤਾ ਅਮਰਪਾਲ ਸਿੰਘ ਬਣਨਾ ਚਾਹੁੰਦਾ ਕਿ ਨਹੀਂ ਬਣਨਾ ਚਾਹੁੰਦਾ ਮੈਨੂੰ ਨਹੀਂ ਪਤਾ ਕਿ ਪ੍ਰੋਫੈਸਰ ਦਵਿੰਦਰ ਦੇ ਮੈਸੇਜ ਬਣਨਾ ਚਾਹੁੰਦੇ ਨੇ ਕਿ ਨਹੀਂ ਬਣਨਾ ਚਾਹੁੰਦੇ ਪਰ ਮੇਰੀ ਜ਼ਮੀਰ ਦੀ ਆਵਾਜ਼ ਆ ਕਹਿੰਦੀ ਹੈ ਕਿ ਸੰਘਰਸ਼ ਨੂੰ ਪੁਨਰ ਸੁਰਜੀਤ ਕਰਨ ਵਾਸਤੇ ਲੀਹਾਂ ਤੇ ਲਿਆਉਣ ਵਾਸਤੇ ਤੇ ਗਦਾਰਾਂ ਨੂੰ ਭਾਂਜ ਦੇਣ ਵਾਸਤੇ ਅਗਮ ਨੂੰ ਕਰ ਲਾਣਾ ਚਾਹੀਦਾ اچھا ਸਰਦਾਰ ਸਾਹਿਬ ਵੀ ਗੱਲ ਮੈਂ ਤੁਹਾਡੇ ਤੋਂ ਹੋਰ ਸਮਝ ਨਹੀਂ ਚਾਹਨਾ ਕਿਸੇ ਵੀ ਸਿਆਸੀ ਪਾਰਟੀ ਨੇ ਆਪਣੀਆਂ ਚੋਣ ਮੈਨੀਫੈਸਟੋ ਦੇ ਵਿੱਚ ਹਾਲੇ ਤੱਕ ਬੰਦੀ ਸਿੱਖਾਂ ਦਾ ਜ਼ਿਕਰ ਨਹੀਂ ਕੀਤਾ ਕਮੀ ਕਿੱਥੇ ਹੈ ਅਸੀਂ ਨਹੀਂ ਚਾਹਦੇ ਕਿ ਬੰਦੀ ਸਿੱਖ ਚਿੱਲਾਂ ਤੋਂ ਰਿਹਾ ਹਾਂ ਕਿ ਸਿਰਫ ਨਾਅਰੇਬਾਜੀ ਤੇ ਭਾਸ਼ਣਾ ਦੇ ਵਿੱਚ ਹੀ ਬੰਦੀ ਸਿੱਖਾਂ ਦੀ ਰਿਹਾਈ ਦੀ ਗੱਲ ਚੰਗੀ ਲੱਗਦੀ ਪਾਪਾ ਜੀ ਠੀਕ ਉਵੇਂ ਦਾ ਹੀ ਕੰਮ ਹੈ ਜਿਵੇਂ ਦਮਦਮੀ ਟਕਸਾਲ ਪਾਪਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਦੀ ਸ਼ਹਾਦਤ ਨੂੰ ਅੱਜ ਤੱਕ ਮੈਂ ਤਾਂ ਕਹਾਗਾ ਵੇਚ ਰਹੀ ਹੈ ਜਿਵੇਂ ਫੈਡਰੇਸ਼ਨ ਭਾਈ ਅਮਰੀਕ ਸਿੰਘ ਦੀ ਸ਼ਹਾਦਤ ਨੂੰ ਵੇਚ ਰਿਹਾ ਫਰ ਫੈਡਰੇਸ਼ਨ ਵਰਗੀ ਇੱਕ ਬਾਡੀ ਇਸ ਕਦਰ ਘਰ ਗਈ ਹੈ ਮੈਂ ਹੈਰਾਨ ਹੋ ਗਿਆ ਜਿਸ ਵੇਲੇ ਮੈਂ ਹੈ ਜੜਾ ਅਜਾਇਬ ਘਰ ਬਣਾਇਆ ਗਿਆ ਜੂਨ 84 ਦਾ ਉਦੇ ਚ ਗਿਆ ਤੇ ਭਾਈ ਜਰਨੈਲ ਸਿੰਘ ਖਾਲਸਾ ਜਰਨੈਲ ਸ਼ਬੀਖ ਸਿੰਘ ਭਾਈ ਅਮਰੀਕ ਸਿੰਘ ਦੀ ਫੋਟੋ ਲੱਗੀ ਹੈ ਤੇ ਬੀਬੀ ਉਪਕਾਰਪੁਰ ਦੀ ਫੋਟੋ ਹੀ ਨਹੀਂ ਹੈਗੀ ਨਹੀਂ ਉਹ ਲੱਗੀ ਹੈ ਛੋਟੀ ਲੱਗੀ ਅੰਦਰ ਲੱਗੀ ਹੈ ਮੈਂ ਅੰਦਰ ਲੱਗੀ ਮੁੱਖ ਮੋਰਨੀ ਜਿਹੇ ਭਾਈ ਅਮਰੀਕ ਸਿੰਘ ਯੂਥ ਵਿੰਗ ਮਤਲਬ ਤੁਹਾਡੇ ਤੇ ਫਿਰ ਮਰਦਾਨਗੀ ਹੀ ਛਾਈ ਹੋਈ ਹੈ ਮਰਦ ਪ੍ਰਧਾਨ ਸਮਾਜ ਹੀ ਤੁਸੀਂ ਸੰਘਰਸ਼ ਨੂੰ ਹੀ ਮਰਦ ਪ੍ਰਧਾਨ ਸਮਾਜ ਹੀ ਬਣਾ ਰਹੇ ਹੋ ਤੇ ਫਿਰ ਕਿਉਂ ਸੋਇਲੇ ਕੰਦੇਓ ਕਿ ਮੁਕਸ਼ਰ ਵਿੱਚ ਭਾਈ ਭਾਗੋ ਨੇ ਲਲਕਾਰ ਮਾਰੀ ਦਰਵਾਜੇ ਦੇ ਨਾਲ ਮੁਕਸ਼ ਹੀ ਦਾਈ ਚ ਆਬਾ ਥਾਰਾ ਸਿੰਘ ਦੀ ਸਗੋ ਮਾ ਕਾਂ ਨਹੀਂ ਸੀ ਚਾਹੀਦੀ ਉੱਥੇ ਬੀਬੀ ਉਪਕਾਰ ਕਰਦੀ ਮੁਕਸ਼ ਹੀ ਦਾਈ ਫੋਟੋ ਚਾਹੀਦੀ ਸੀ ਕਿਉਂਕਿ ਉਹ ਸਾਡੀ ਗਰਲ ਸਵਿੰਗ ਦੀ ਪ੍ਰਧਾਨ ਸੀ ਪੂਰੇ ਦੇ ਪੂਰੇ ਇੱਕ ਰਿੰਗ ਦੀ ਪ੍ਰਧਾਨ ਸੀ ਉਹ ਪਰ ਉਸ ਦੇ ਨਾਲ ਬੀਬੀਆਂ ਸ਼ਹੀਦ ਹੋਈਆਂ ਨੇ ਤੇ ਅ ਘਰ ਕੀ ਹੋਈ ਮਾਨਸਿਕਤਾ ਤੋਂ ਤੁਸੀਂ ਕੀ ਉਮੀਦਾਂ ਰੱਖੋਗੇ ਜਿਹੜੇ ਸਿਰਫ ਸ਼ਹਾਦਤਾਂ ਨੂੰ ਵੇਚ ਕੇ ਉਹਦੇ ਲੈਣਾ ਸਤਾ ਲੈਣੀ ਸਤਾ ਕੇ ਗੇੜਗੜਾਣਾ ਨਿੱਜ ਲਾਲਸਾਵਾਂ ਪੂਰੀਆਂ ਕਰਨ ਵਾਲੇ ਪਾਸੇ ਲਿਪ ਲਿਪੇ ਗੁੜਵਾੰਗ ਮੱਖੀ ਤੇ ਚਿਪਕੀ ਰਹਿਣਾ ਮੱਖੀ ਬਣ ਕੇ ਚਿੱਕੀ ਰਹਿਣਾ ਤੇ ਉਥੇ ਹੀ ਮਰ ਜਾਣਾ ਦੀ ਜਿਨ੍ਹਾਂ ਦੀ ਮਨੋਵਿਰਤੀ ਬਣ ਗਈ ਹੋਏ ਉਹਨਾਂ ਤੋਂ ਆਸ ਰੱਖਣੀ ਮਹਿਮੂਰ ਰੱਖਤਾ ਮੰਨਣਾ ਹੈ। ਤੁਸੀਂ ਗੱਲ ਕਰਦੇ ਪਏ ਸੀਗੇ ਕਿ ਸਾਡੇ ਘੱਟੋ ਘੱਟ ਤਿੰਨ ਸੀਟਾਂ ਦੇ ਉੱਤੇ ਜੀ ਸਾਨੂੰ 1999 ਵਾਲਾ ਇਤਿਹਾਸ ਦੌਰਾਨ ਲਈ ਕੋਸ਼ਿਸ਼ ਕਰਨੀ ਚਾਹੀਦੀ ਜੀ ਤਾਂ ਤੁਹਾਡੀ ਮੇਰੀ ਜਦੋਂ ਗੱਲ ਹੁੰਦੀ ਪਈ ਸੀ ਉਹਦੇ ਵਿੱਚ ਤੁਸੀਂ ਗੱਲ ਦੱਸੀ ਸੀਗੀ ਕਿ 6 ਸੀਟਾਂ ਜਿਹੜੀਆਂ ਨਾਗਾਲੈਂਡ ਦੀਆਂ ਸੀਗੀਆਂ ਹਾਂ ਜੀ ਉਹਨਾਂ ਉੱਤੇ ਵੋਟ ਹੀ ਨਹੀਂ ਪਈ ਬਿਲਕੁਲ ਨਹੀਂ ਪਈ ਜੀ 0% ਤੁਸੀਂ ਇਹ ਦੇਖੋ ਮੈਂ ਸਿੱਖਾਂ ਨੂੰ ਬਾਰ-ਬਾਰ ਬੇਨਤੀ ਕਰ ਰਿਹਾ ਤੁਸੀਂ ਆ ਦੇਖੋ ਪੁਲਿਸ ਮੁਲਾਜ਼ਮਾਂ ਨੇ ਵੀ ਵੋਟ ਨਹੀਂ ਪਾਈ ਕੋਈ ਪਹਿਰਾ ਦੇ ਰਹੇ ਨੇ ਉੱਥੇ ਸਰਕਾਰੀ ਮੁਲਾਜ਼ਮਾਂ ਨੇ ਵੋਟ ਨਹੀਂ ਪਾਈ ਪ੍ਰੈਜ਼ੈਂਟ ਐਮਐਲਏ ਨੇ ਵੋਟ ਨਹੀਂ ਪਾਈ ਪ੍ਰੈਜ਼ੈਂਟ ਐਮਪੀ ਨੇ ਵੋਟ ਨਹੀਂ ਪਾਈ ਈਵਨ ਉਹ 6 ਜ਼ਿਲ੍ਹਿਆਂ 'ਚੋਂ 7 ਮਨਿਸਟਰ ਨੇ ਇੱਕ ਡਿਪਟੀ ਸੀਆ ਮਾ ਉਹਨੇ ਵੋਟ ਨਹੀਂ ਪਾਈ ਕਿਸੇ ਆਈਐਸਆਈਪੀਐਸ ਨੇ ਵੋਟ ਨਹੀਂ ਪਾਈ ਇਹਨੂੰ ਕਹਿੰਦੇ ਨੇ ਆਪਣੀ ਕੌਮ ਦੇ ਸੰਘਰਸ਼ ਵਾਸਤੇ ਸੁਚੇਤੋ ਤੁਹਾਨੂੰ ਲੱਗਦਾ ਕਿ ਸਿੱਖਾਂ ਦੇ ਵਿੱਚ ਇਹ ਕੁਆਲਿਟੀ ਹੈ ਕਿ ਅਸੀਂ ਇਹਨਾਂ ਪਿੰਨਾ ਸੀਟਾਂ ਦੇ ਉੱਤੇ ਇੱਕ ਆਵਾਜ਼ ਹੋ ਕੇ ਕਹਾਂਗੇ ਕਿ ਅਸੀਂ ਆਪਣੇ ਬੰਦੀ ਸਿੱਖਾਂ ਦੀ ਰਿਹਾਈ ਚਾਹੁੰਦੇ ਹਾਂ ਇਹਨਾਂ ਤਿੰਨ ਸੀਟਾਂ ਸੀਟਾਂ ਦੇ ਉੱਤੇ ਅਸੀਂ ਆਪਣੇ ਬੰਦੀ ਸਿੱਖ ਜਿਤਾ ਕੇ ਇਹਨਾਂ ਨੂੰ ਜੇਲ੍ਹਾਂ ਤੋਂ ਬਾਹਰ ਲਿਆਉਣਾ ਚਾਹੁੰਦੇ ਹਾਂ ਤਾਂ ਕਿ ਬਾਕੀ ਬੰਦੀ ਸਿੱਖ ਵੀ ਬਾਹਰ ਆ ਸਕਣ ਤੁਹਾਨੂੰ ਲੱਗਦਾ ਕਿ ਸਾਡੀ ਕੌਮ ਦੇ ਵਿੱਚ ਪਾਜੀ ਮੈਂ ਬੜਾ ਸਪਸ਼ਟਾ ਧੜੇ ਬੰਦੀਆਂ ਛੱਡ ਦਿਓ ਮੈਂ ਤਾਂ ਹੀ ਕਿਹਾ ਧੜੇ ਨਾਲ ਨਾ ਜੁੜੇ ਕੋਈ ਵੀ ਉਮੀਦਵਾਰ ਅਤੇਂਦਰਪਾਲ ਸਿੰਘ ਜਾਤੀ ਤੌਰ ਤੇ ਤੇ ਅਤੇਂਦਰਪਾਲ ਸਿੰਘ ਜਿਹੜਾ ਅਸੀਂ ਆਪਣੀ ਜਮਾਤ ਬਣਾਈ ਸੀ ਸਾਰੇ ਸਿੰਘਾਂ ਨੇ ਮਿਲ ਕੇ ਹਜ਼ਾਰ ਤੋਂ ਵੱਧ ਸਾਡੇ ਨਾਲ ਸਿੰਘ ਸੀ ਅੱਜ ਵੀ ਖੜੇ ਨੇ ਉਹ ਕਿਸੇ ਦਾਲ ਬਦਲੀ ਕਰਕੇ ਨਹੀਂ ਗਏ ਜਿਨ੍ਹਾਂ ਨੇ ਸ਼ੁਰੂ ਬਣੀ ਅਕਾਲੀ ਦਲ ਖਾਲਸਾਤਾਨ ਦਾ ਨਿਰਮਾਣ ਕੀਤਾ ਸੀ ਤੇ ਇਲੈਕਸ਼ਨਾਂ ਲੜ ਕੇ ਖਾਲਸਤਾਨਾਂ ਬੈਟਲ ਬੈਟਲ ਲੜ ਕੇ ਆਇਆ 10 ਸੇ ਕਾਮ ਨੂੰ ਤੇ 29ਾਂ ਸੀਟਾਂ ਤੇ ਖੜੇ ਹੋਣ ਵਾਲੇ ਪਰਿਵਾਰਾਂ ਨੂੰ ਵਿਸ਼ਵਾਸ ਦਿਵਾਉਂਦਾ ਕਿ ਨਾ ਦਾ ਕੌਮ ਤੋਂ ਨਿੱਕੀ ਥੇਲੀ ਉਗਰਾਵਾਂਗੇ ਨਾ ਕੌਮ ਤੋਂ ਕੁਝ ਮੰਗਾਂਗੇ ਪਰ ਕੌਮ ਨੂੰ 1999 ਵਾਲੀ ਮਾਨਸਿਕਤਾ ਵਿੱਚ ਵਿਵੇਕ ਵਿੱਚ ਲਿਆਉਣ ਵਾਸਤੇ ਰਾਤ ਦੇ ਨਹੀਂ ਕਰਦਾਂਗੇ ਘਰਬਾਰ ਸਾਰੇ ਛੱਡ ਦਾਂਗੇ ਤੇ ਡੇਰੇ ਲਾਵਾਂਗੇ ਔਰ ਮੈਂ ਮੰਨਦਾ ਕਿ ਸਿੱਖ ਕੌਮ ਆਪਣੇ ਇਸ਼ਟ ਨਾਲ ਆਪਣੇ ਨਿਸ਼ਾਨੇ ਨਾਲ ਖੜੀ ਹੈ ਸਿੱਖ ਕੌਮ ਦਾ ਆਗੂ ਗਦਾਰ ਹੈ ਲੀਡਰ ਗਦਾਰ ਹੈ ਜੁਨੇ ਆਇਆ ਪ੍ਰਤੀਨਿਤਾ ਪ੍ਰਤੀਨਿਤ ਗਦਾਰੀ ਕਰਦਾ ਕੌਮ ਗਦਾਰੀ ਨਹੀਂ ਕਰਦੀ ਆਵਾਮ ਗਦਾਰੀ ਨਹੀਂ ਕਰਦੀ ਆਵਾਮ ਵੋਟਰ ਗਦਾਰੀ ਨਹੀਂ ਕਰਦਾ ਉਹ ਭਰਮਾਇਆ ਜਾਂਦਾ ਤੇ ਅਸੀਂ ਜਿਸ ਵੇਲੇ ਨਿਖਰ ਕੇ ਆਵਾਂਗੇ ਰਾਤ ਦੇ ਨਹੀਂ ਕਰਦਾਂਗੇ ਮੈਨੂੰ ਭਰੋਸਾ ਕਿ ਸਿਰਫ ਸਿੱਖ ਵੋਟਰ ਹੀ ਨਹੀਂ ਪੰਜਾਬ ਦਾ ਹਿੰਦੂ ਵੋਟਰ ਵੀ ਪੰਜਾਬ ਦਾ ਐਸਸੀ ਵੋਟਰ ਵੀ ਪੰਜਾਬ ਦਾ ਬੀਸੀ ਵੋਟਰ ਵੀ ਹਰ ਵੋਟਰ ਇਸ ਚੀਜ਼ ਨਾਲ ਕੀ ਲਿਆ ਜਾ ਸਕਦਾ ਕਿ ਵੀ ਪੰਜਾਬ ਨਾਲ ਖੜੋ ਪੰਜਾਬ ਦੇ ਹਿੱਤ ਨਾਲ ਖੜੋ ਅਸੀਂ ਤੁਹਾਨੂੰ ਇਹ ਲੈ ਕੇ ਤਾਂਗੇ ਸਿਰਫ ਆਪਣੇ ਸਿੰਘਾਂ ਦੀ ਰਿਹਾਈ ਨਹੀਂ ਕਰਾਵਾਂਗੇ ਅਸੀਂ ਪੰਜਾਬ ਨੂੰ ਸੁਰੱਖਿਅਤ ਕਰਾਂਗੇ ਕੀਤਾ ਜਾ ਸਕਦਾ ਭਾਜੀ ਆ ਵਲਵਲੇ ਹਨ ਕੋ ਮੀਚ ਅਜੇ ਲੋਕ ਵੀ ਨੇ ਕੋ ਮੀਚ ਮੈਂ ਤੁਹਾਨੂੰ ਆਪਣੇ ਲੋਕਾਂ ਰਹੀ ਅਸੀਂ ਰਾਤ ਦਿਨ ਲਾ ਦਾਂਗੇ ਇਹ ਪਰਵਾਹ ਸਾਹਮਣੇ ਤਾਂ ਹੋਂ ਨਾ ਇਹ ਪਰਵਾਹ ਲੜੇਕੜੀਆਂ ਵਟਣੀਆਂ ਛੱਡ ਦੇਣ ਲੀਡਰਾਂ ਦੀਆਂ ਲੀਡਰਾਂ ਤੋਂ ਆਸਾਂ ਰੱਖਣੀਆਂ ਛੱਡ ਦੇਣ ਆਪਣੀ ਉਹ ਕਹਿੰਦੇ ਨੇ ਨਾ ਸੋਵਰਨਿਟੀ ਵਿੱਚ ਖੁਦ ਖੜੇ ਹੋਣ ਪੰਥਕ ਸੋਵਰਨਿਟੀ ਤੇ ਸਾਇਕੀ ਵਿੱਚ ਆਪ ਖੜੇ ਹੋਣ ਪਹਿਲਾਂ ਤੇ ਪਹਿਲਾਂ ਤਾਂ ਆਪਣੀ ਮਨੋਵਰਤੀ ਨੂੰ ਸੁਤੰਤਰ ਕਰਕੇ ਖੜੇ ਤਾਂ ਹੋਣਾ ਜੀ ਅਸੀਂ ਇਨਾਂ ਦਾ ਪਰਚਮ ਲੈ ਕੇ ਤੋਰਨ ਨੂੰ ਤਿਆਰ ਹਾਂ ਸਰਦਾਰ ਸਾਹਿਬ ਤੁਹਾਡੀਆਂ ਗੱਲਾਂ ਨੇ ਕੌਮ ਦੇ ਜਜ਼ਬਾਤਾਂ ਦੀ ਤਰਜਮਾਨੀ ਕੀਤੀ ਹੈ ਐਸਟਰਾ ਲੱਗਦਾ ਹੈ ਕਿ ਜੇਕਰ ਕੌਮ ਇਹ ਸੁਝਾਅ ਪ੍ਰਵਾਨ ਕਰ ਲਵੇ ਤੇ ਤਿੰਨ ਸੀਟਾਂ ਦੇ ਉੱਤੇ ਕੌਮ ਪੱਖੀ ਉਮੀਦਵਾਰ ਚੁਣ ਕੇ ਪਾਰਲੀਮੈਂਟ ਵਿੱਚ ਭੇਜੇ ਤਾਂ ਕੌਮ ਦੀ ਤਕਦੀਰ ਤੇ ਤਸਵੀਰ ਦੋਵੇਂ ਬਦਲ ਸਕਦੀ ਹੈ ਸਾਡੀ ਧਾਰਮਿਕ ਲੀਡਰਸ਼ਿਪ ਬੇਸ਼ੱਕ ਫਲॉप ਹੋਈ ਹੈ ਸਾਡੀ ਰਾਜਨੀਤਿਕ ਲੀਡਰਸ਼ਿਪ ਆਪਣੇ ਸਿਆਸੀ ਮਫਾਦਿਆਂ ਨੂੰ ਧਿਆਨ ਵਿੱਚ ਰੱਖ ਕੇ ਫੈਸਲੇ ਕਰਵਾ ਰਹੀ ਹੈ ਸਾਡੀ ਸਮਾਜਿਕ ਲੀਡਰਸ਼ਿਪ ਅਜੇ ਤੱਕ ਹੋਂਦ ਵਿੱਚ ਹੀ ਨਹੀਂ ਆ ਸਕੀ لیکن ਤੁਸੀਂ قوم ਨੂੰ ایک ਨਵਾਂ ਰਾਹ دکھایا ایک નવી روشنی ਦਿتائی ہے۔ ਜਿਹਦੇ ਵਾਸਤੇ قوم ਹਮੇਸ਼ਾ ਤੁਹਾਡੀ ਰਿਣੀ ਰਹੇਗੀ। ਸਤਿ ਆਲਿ ਕੁਾਰ ਫੇਰ ਇੱਕ ਨਵੇਂ پروگرام ਦੇ ਨਾਲ ਇੱਕ ਨਵੇਂ ਮੁੱਦੇ ਨਾਲ ਤੁਹਾਡੇ ਨਾਲ ਮੈਂ ਫੇਰ ਗੱਲਬਾਤ ਕਰਾਂਗਾ। ਸਤਿ ਆਕਲੇ ਇਜਾਜ਼ਤ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ